ਹਾਦਰ ਚੰਚਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਰ ਸ਼ਾਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਚ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਸ ਦੀ ਤਰ੍ਹਾਂ ਹਰਮਨ ਸਿੰਘ ਜੀ ਨਾਲ ਨੇ ਸਤਿ ਸ਼੍ਰੀ ਅਕਾਲ ਜਣਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਜ਼ਿੰਦਗੀ ਕਿਵੇਂ ਚੱਲਦੀ ਤੁਸੀਂ ਅੱਜ ਰੋਸ ਮਜ਼ਾਰੇ ਦੇ ਵਿੱਚ ਆਏ ਹੋ ਆ ਕਾਲੇ ਰੰਗ ਦੀ ਚੁੰਨੀ ਗਲ ਚ ਪਾਈ ਆ ਜੀ ਵੀ ਕਿਤੇ ਤਾਂ ਨਹੀਂ ਕੋਈ ਪ੍ਰਦਰਸ਼ਨ ਕਰਨ ਦਾ ਇਰਾਦਾ ਹੋਵੇ ਸਮਝ ਲਓ ਬਸ ਅੱਛਾ ਕਿਹੜੀ ਗੱਲੋਂ ਵੈਸੇ ਜੋ ਭਾਰਤ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਮੰਨ ਲਓ ਹਾਂ ਵੀ ਇਹੀ ਕਰਨਾ ਹੈ ਅੱਛਾ ਜੀ ਮਨ ਬਹੁਤਾ ਖੁਸ਼ ਨਹੀਂ ਨਾ ਇਹ ਤਾਂ ਗੱਲ ਸੱਚੀ ਆ ਵੀ ਕਿਉਂਕਿ ਦੇਸ਼ ਦੇ ਵਿੱਚ ਖੁਸ਼ੀ ਵਾਲੀ ਗੱਲ ਪੈਦਾ ਹੀ ਕੋਈ ਨਹੀਂ ਕੀਤੀ ਜਾ ਰਹੀ ਹੁਣ ਅਸੀਂ ਗੰਗਾ ਦੇ ਵਿੱਚ ਤੈਰਦਿਆਂ ਹੋਈਆਂ ਲਾਸ਼ਾਂ ਦੇਖ ਕੇ ਖੁਸ਼ ਹੋਏਗੇ ਹੁਣ ਅਸੀਂ ਜਿਸ ਤਰੀਕੇ ਨਾਲ ਕੁੱਤੇ ਲਾਸ਼ਾਂ ਕੱਟ-ਕੱਟ ਕੇ ਖਾ ਰਹੇ ਸਿਵਿਆਂ ਦੇ ਵਿੱਚੋਂ ਉਹਦੇ ਕਰਕੇ ਖੁਸ਼ ਹੋਏਗੇ ਕੱਲ ਇੱਕ ਨਵੀਂ ਖਬਰ ਆ ਗਈ ਉਹ ਸੀਗੀ ਯੂਪੀ ਦੇ ਵਿੱਚੋਂ ਤੇ ਉੱਥੇ ਪੁਲਿਸ ਮੁਲਾਜ਼ਮਾਂ ਜਿਹੜੇ ਉਹ ਆਪਣੀ ਹਾਜ਼ਰੀ ਦੇ ਵਿੱਚ ਲਾਸ਼ ਦਾ ਸਸਕਾਰ ਕਰਵਾ ਰਹੇ ਆ ਥੋੜੀਆਂ ਜੀਆਂ ਲੱਕੜਾਂ ਪਾ ਕੇ ਉੱਤੇ ਟਾਇਰ ਸੁੱਟ ਕੇ ਅੱਗ ਲਾਈ ਹੋਈ ਆ ਵੀ ਕਿਤੇ ਅੱਗ ਬੁਝ ਨਾ ਜਾਵੇ ਤੇ ਉੱਤੇ ਪੈਟਰੋਲ ਪਾ ਪਾ ਜਲਦੀ ਜਲਦੀ ਇਹਨੂੰ ਸਾੜ ਦਿਓ ਛੇਤੀ ਛੇਤੀ ਅੱਗ ਲਾਓ ਛੇਤੀ ਛੇਤੀ ਮਚ ਜੇ ਇਹ ਗੱਲ ਕਹਿ ਰਹੇ ਆ ਉਹਨਾਂ ਪੰਜਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਅਸੀਂ ਇਹ ਗੱਲਾਂ ਦੇਖ ਕੇ ਤੇ ਕਹਿ ਗਏ ਵੀ ਬੜੀ ਖੁਸ਼ੀ ਹੋ ਰਹੀ ਹੈ ਉਸ ਮਤਲਬ ਕੋਈ ਕਿਉਂ ਨਾ ਕਰੇ ਜੀ ਐਸੇ ਖਬਰ ਨੂੰ ਸੁਣ ਕੇ ਮਨ ਉਦਾਸ ਹੋਇਆ ਜਦੋਂ ਤੋਂ ਇਹ ਖਬਰ ਸੁਣੀ ਆ ਉਦੋਂ ਤੋਂ ਇਹ ਫਿਕਰ ਲੱਗ ਗਿਆ ਕਿ ਪਤਾ ਨਹੀਂ ਸਾਡਾ ਅੰਤ ਕਿਵੇਂ ਹੋਣਾ ਹੂੰ ਪਤਾ ਨਹੀਂ ਸਾਡੇ ਨਾਲ ਵੀ ਕੀ ਕੁਝ ਕਰੇ ਜਿਉਂਦੇ ਜੀ ਤਾਂ ਬੰਦੇ ਦੀ ਕਦਰ ਹੈ ਹੀ ਨਹੀਂ ਤੇ ਮਰਨ ਤੋਂ ਬਾਅਦ ਵੀ ਉਹਨੂੰ ਰਸਮਾਂ ਦੇ ਮੁਤਾਬਕ ਉਹਨੂੰ ਸਤਕਾਰ ਦੇ ਨਾਲ ਦੁਨੀਆ ਤੋਂ ਵਿਦਾ ਕਰ ਗਏ ਤੇ ਇਹ ਵੀ ਜ਼ਰੂਰੀ ਨਹੀਂ ਪਰ ਇਸ ਗੱਲ ਦਾ ਪਤਾ ਲੱਗ ਗਿਆ ਉਸ ਦਿਨ ਵਾਲੀ ਗੱਲ ਅੱਜ ਫੇਰ ਦੁਹਰਉਣੀ ਆ ਕਿ ਇਹਨਾਂ ਨੇ ਚੈਨ ਨਾਲ ਜਿਉਣ ਵੀ ਨਹੀਂ ਦਿੱਤਾ ਤੇ ਚੈਨ ਨਾਲ ਮਰਨ ਵੀ ਨਹੀਂ ਦਿੱਤਾ ਇਹਨਾਂ ਨੇ ਪਤਾ ਨਹੀਂ ਕੀ ਕਸੂਰ ਸੀ ਸਾਡਾ ਅੱਜ ਤੱਕ ਇਹ ਸਮਝ ਨਹੀਂ ਆਇਆ ਸੋ ਖੈਰ ਆਪਾਂ ਖਬਰਾਂ ਵਾਲ ਨੂੰ ਟੈਣਾ ਸਾਹਿਬ ਹੌਲੀ ਹੌਲੀ ਅੱਗੇ ਵਧਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਹਾਲਤ ਮੌਸਮ ਵੀ ਪੰਜਾਬ ਦਾ ਕਹਿੰਦੇ ਬੜਾ ਚੰਗਾ ਹੋ ਜਾਣਾ ਕਹਿੰਦੇ ਆ ਮੌਸਮ ਵਿਭਾਗ ਨੇ ਕਿਹਾ ਕਿ 2 ਦਿਨ ਪੰਜਾਬ ਦੇ ਵਿੱਚ ਭਰਵੇਂ ਮੀਂਹ ਦੀ ਆਸ ਆ ਤੇ ਬਾਕੀ ਆਸ ਆ ਜਿਹੜੀ ਉਹ ਕਿੰਨੀ ਕੁ ਪੂਰੀ ਹੁੰਦੀ ਹੈ ਜਾਂ ਬੇ ਆਸ ਹੀ ਰਹਿ ਜੰਨੇ ਆ ਇਹ ਵਕਤ ਦੱਸੂਗਾ ਬਿਲਕੁਲ ਸਹੀ ਤੇ ਚਾਜਦੇ ਵਿਚਾਰ ਦੀ ਸਾਂਝ ਪਾਈਏ ਬਿਲਕੁਲ ਆਉਣ ਦਿਓ ਦੇਖੋ ਚਾਜਦਾ ਵਿਚਾਰ ਇਹ ਆ ਕਿ ਕੋਈ ਸਾਨੂੰ ਨਹੀਂ ਮਿਲਿਆ ਅਸੀਂ ਇਸ ਗੱਲ ਦੀ ਚਿੰਤਾ ਦੇ ਵਿੱਚ ਕਿਉਂ ਰਹੀਏ ਹਮ ਕੋਈ ਸਾਨੂੰ ਨਹੀਂ ਮਿਲਿਆ ਅਸੀਂ ਇਸ ਗੱਲ ਦੀ ਚਿੰਤਾ ਦੇ ਵਿੱਚ ਕਿਉਂ ਰਹੀਏ ਚਿੰਤਾ ਉਹ ਕਰਨ ਜਿਨ੍ਹਾਂ ਨੂੰ ਅਸੀਂ ਨਹੀਂ ਮਿਲੇ ਵਾਹ ਕਿਆ ਬਾਤ ਹੈ ਕਿਉਂਕਿ ਜੋ ਕੁਝ ਤੁਹਾਡੇ ਕੋਲ ਹੈ ਨਾ ਤੁਸੀਂ ਉਹਦੇ ਵਿੱਚ ਪਰਸਨਿਤ ਰਹੋ ਜੋ ਕੋਈ ਤੁਹਾਡੇ ਕੋਲ ਆ ਤੁਸੀਂ ਕਹੋ ਜੀ ਬਸ ਸੰਪੂਰਨਤਾ ਸਾਡੀ ਜ਼ਿੰਦਗੀ ਦਾ 90% ਹਿੱਸਾ ਇਸ ਗੱਲ ਦੇ ਵਿੱਚ ਉਲਝਦੇ ਨਿਕਲ ਜਾਂਦੇ ਆ ਵੀ ਮੈਨੂੰ ਉਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਤੇ ਜੋ ਕੁਝ ਤੁਹਾਨੂੰ ਮਿਲਿਆ ਜੇ ਤੁਸੀਂ ਉਹਦੇ ਵਿੱਚ ਹੀ ਸਭ ਕੁਝ ਠੀਕ ਸਮਝੋ ਤਾਂ ਵਧੀਆ ਗੱਲ ਆ ਜਦੋਂ ਰਜੇ ਹੋਏ ਲੋਕ ਕਹਿੰਦੇ ਵੀ ਸਾਡੇ ਕੋਲੇ ਕੁਝ ਨਹੀਂ ਤੇ ਫਿਰ ਬੜਾ ਦੁੱਖ ਹੁੰਦਾ ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਇਹ ਵੀ ਇੱਕ ਚਾਈਦਾ ਵਿਚਾਰੀ ਮੰਨ ਲਓ ਕਿ ਅਸੀਂ ਲੋਕ ਜਿਹੜੇ ਆ ਨਾ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਂਦੇ ਨਹੀਂ ਕੱਟਦੇ ਆ ਕਿਉਂਕਿ ਸਾਰੀ ਉਮਰ ਅਸੀਂ ਇਸ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਕਿ ਫਲਾਣਾ ਕੀ ਕਹੂਗਾ ਲੋਕ ਕੀ ਕਹਿਣਗੇ ਸਮਾਜ ਕੀ ਕਹੂਗਾ ਜ਼ਮਾਨਾ ਕੀ ਕਹੂਗਾ ਇਹਦੇ ਕਰਕੇ ਅਸੀਂ ਆਪਣੀਆਂ ਬਹੁਤ ਸਾਰੀਆਂ ਖੁਆਇਸ਼ਾਂ ਬਹੁਤ ਸਾਰੇ ਸੁਪਨੇ ਉਹਨਾਂ ਨੂੰ ਦਬਾ ਲੈਨੇ ਆ ਪਰ ਜ਼ਿੰਦਗੀ ਇੱਕ ਵਾਰ ਹੀ ਮਰਦੀ ਹੈ ਤੇ ਜੇ ਇੱਕ ਵਾਰ ਹੀ ਚੰਗੀ ਤਰ੍ਹਾਂ ਜਿਉਂ ਲਈ ਜਾਏ ਤਾਂ ਇੱਕ ਵਾਰ ਹੀ ਕਾ ਜੋ ਚਿਤ ਕਰਦਾ ਨਾ ਉਸ ਜ਼ਾਬਤੇ ਦੇ ਵਿੱਚ ਰਹਿ ਕੇ ਉਵੇਂ ਕਰੋ ਮੈਂ ਜ਼ਾਬਤਾ ਤਾਂ ਆਖਿਆ ਇਹਦਾ ਮਤਲਬ ਐ ਨਹੀਂ ਜੋ ਮਰਜ਼ੀ ਕਰੀ ਚੱਲ ਗਈ ਨਹੀਂ ਮਤਲਬ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਆਪਣੇ ਮੇਰੇ ਕਰਕੇ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਤੇ ਆਪਦੇ ਮਨ ਦੇ ਚਾਹ ਪੂਰੇ ਕਰਕਰ ਲੈਣੇ ਚਾਹੀਦੇ ਆ ਹੁਣ ਤਾਂ ਪਤਾ ਕੋਈ ਨਹੀਂ ਕਿ ਅਗਲੇ ਪਲ ਕੀ ਹੋ ਜਾਣਾ ਹੁਣ ਤਾਂ ਇਹ ਪਤਾ ਲੱਗਦਾ ਜੀ ਕਿ ਮੈਂ ਜਿਹਨੂੰ ਪਰਸੋਂ ਫੋਨ ਕੀਤਾ ਸੀ ਅੱਜ ਉਹਦਾ ਸਸਕਾਰ ਵੀ ਹੋ ਗਿਆ ਕਿਉਂਕਿ ਕੱਲ ਹੀ ਉਹਦੀ ਮੌਤ ਹੋਈ ਸੀ ਹੁਣ ਇਹੋ ਜੀਆਂ ਖਬਰਾਂ ਆਉਂਦੀਆਂ ਸਵੈ ਪਰਚੋਲ ਕਰਕੇ ਤੁਹਾਨੂੰ ਆਪਣਾ ਚੰਗਾ ਮਾੜਾ ਸਭ ਚੰਗੀ ਤਰ੍ਹਾਂ ਪਤਾ ਹੁੰਦਾ ਕੋਈ ਵੀ ਇੰਨਾ ਭੋਲਾ ਨਹੀਂ ਇਸ ਦੁਨੀਆ ਦੇ ਵਿੱਚ ਜਿਹੜਾ ਇਹ ਨਾ ਜਾਣ ਸਕੇ ਕਿ ਮੇਰੇ ਲਈ ਚੰਗਾ ਕੀ ਹੈ ਤੇ ਮੇਰੇ ਲਈ ਮਾੜਾ ਕੀ ਹੈ ਸੋ ਸਾਰਾ ਕੁਝ ਧਿਆਨ ਦੇ ਨਾਲ ਵਿਚਾਰ ਕੇ ਉਸ ਤੋਂ ਬਾਅਦ ਵਿੱਚ ਜੋ ਵੀ ਮਨ ਚਾਹੁੰਦਾ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਸਹੀ ਹੈ ਮੇਰੇ ਲਈ ਉਹ ਜ਼ਰੂਰ ਕਰੋ ਕਹਿੰਦੇ ਵੀ ਅਮਰੀਕਾ ਤੇ ਹੋਰ ਦੇਸ਼ਾਂ ਨੇ ਲੋਕਾਂ ਦੇ ਖਾਤਿਆਂ ਵਿੱਚ ਹਜ਼ਾਰਾਂ ਡਾਲਰ ਪਾਏ ਮਹੀਨੇ ਦੇ ਕਈ ਦੇਸ਼ਾਂ ਨੇ ਲੋਕਾਂ ਨੂੰ ਮੁਫਤ ਦੇ ਵਿੱਚ ਰਾਸ਼ਨ ਤੇ ਨਾਲ ਉਹਨਾਂ ਨੂੰ ਗੈਸ ਤੇ ਕਈ ਚੀਜ਼ਾਂ ਹੋਰ ਮਹੂਜਿਆ ਕਰਵਾਈਆਂ ਤੇ ਭਾਰਤ ਦੇ ਵਿੱਚ ਕੀ ਮਿਲਿਆ ਮੁਫਤ ਦੇ ਵਿੱਚ ਘਰਾਂ ਦੇ ਵਿੱਚ ਰਹੋ ਤੇ ਸਰਕਾਰ ਨੂੰ ਚੰਦਾ ਦਿਓ ਹੂੰ ਮੇਰਾ ਦੇਸ਼ ਮਹਾਨ ਆ ਮੁਫਤ ਚ ਸਲਾਹਾਂ ਮਿਲੀਆਂ ਬਿਲਕੁਲ ਮੇਰਾ ਦੇਸ਼ ਮਹਾਨ ਆ ਇਹ ਮਹਾਨ ਹੀ ਰਵੇ ਪਰ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਉਹਨਾਂ ਨੇ ਤਾਣਾ ਬਾਣਾ ਇਸ ਕਦਰ ਉਲਝਾਤਾ ਵੀ ਹੁਣ ਬੰਦੇ ਨੂੰ ਸਮਝ ਨਹੀਂ ਆਉਂਦੀ ਬਈ ਸਿੱਕ ਨੂੰ ਕੀ ਕਹੀਏ ਤੇ ਕਿਨੂੰ ਕੀ ਨਾਤੇਗੀ ਬਿਲਕੁਲ ਸਹੀ ਜੱਜ ਦਾ ਵਿਚਾਰ ਟਣਾ ਸਾਹਿਬ ਆਪਾਂ ਸਲਾਹਾਂ ਦੀ ਗੱਲ ਕਰ ਰਹੇ ਸੀ ਕਿ ਸਰਕਾਰਾਂ ਨੇ ਸਲਾਹਾਂ ਦਿੱਤੀਆਂ ਮੁਫਤ ਦੇ ਵਿੱਚ ਤੇ ਅਸੀਂ ਉਹਨਾਂ ਸਲਾਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਜਿੰਨੇ ਜੋਗਾ ਸੀ ਉਹਨਾਂ ਬਣ ਕੇ ਉਹ ਅੱਗੇ ਆਇਆ ਤੇ ਇੱਦਾਂ ਹੀ ਸਾਡੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਸਲਾਹ ਦਿੱਤੀ ਕਿ ਪਿੰਡਾਂ ਦੇ ਵਿੱਚ ਕੋਈ ਵੀ ਬਾਹਰਲਾ ਨਾ ਆਵੇ ਤੇ ਨਾ ਹੀ ਪਿੰਡ ਵਾਲਾ ਕੋਈ ਐਵੇਂ ਬਾਧੂ ਚ ਬਾਹਰ ਜਾਵੇ ਇਸ ਲਈ ਠਿਕਰੀ ਪਹਿਰੇ ਜੜਿਆ ਉਹ ਲਗਾਉਣੇ ਸ਼ੁਰੂ ਕਰਦੇ ਹੋ ਦੇਖੋ ਬਹੁਤ ਸਾਰੇ ਪਿੰਡਾਂ ਨੇ ਇਹ ਪਹਿਰੇ ਸ਼ੁਰੂ ਵੀ ਕਰਤੇ ਆ ਜੀ ਜਿਹੜੇ ਪਿੰਡਾਂ ਦੇ ਵਿੱਚ ਸੰਭਵ ਹੋ ਸਕਦਾ ਉੱਥੇ ਪੈਰੇ ਲਾਉਣੇ ਵੀ ਚਾਹੀਦੇ ਆ ਆ ਮੈਂ ਅੱਜ ਰਿਪੋਰਟ ਪੜ੍ਹੀ ਹੈ ਕਿ ਮਾਲਵੇ ਦੇ ਵਿੱਚ ਲਗਭਗ 200 ਪਿੰਡਾਂ ਦੇ ਵਿੱਚ ਠਿਕਰੀ ਪੈਰੇ ਸ਼ੁਰੂ ਹੋ ਗਏ ਆ ਤਿੰਨ ਪੜਾਵਾਂ ਦੇ ਵਿੱਚ ਜੀ ਉਹਨਾਂ ਸੀ ਤਿੰਨ ਸ਼ਿਫਟਾਂ ਚ ਕਹਿੰਦੇ ਆ 8-8 ਘੰਟੇ ਦੀ ਇੱਕ ਸ਼ਿਫਟ ਕਿਸੇ ਹੋਰ ਬਾਹਰਲੇ ਪਿੰਡ ਦੇ ਬੰਦੇ ਨੂੰ ਪਿੰਡ 'ਚ ਵੜਨ ਨਹੀਂ ਦਿੱਤਾ ਜਾਂਦਾ ਸਬਜ਼ੀ-ਭਾਜੀ ਵਾਲੇ ਨੂੰ ਵੀ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਜਿਹੜਾ ਵੇਚਣ ਆਉਂਦਾ ਕੋਈ ਹੋਰ ਸਮਾਨ ਵਾਲਾ ਉਹ ਵੀ ਨਹੀਂ ਵੜਨ ਦੇਣਾ ਤੇ ਪਿੰਡ ਦੇ ਬੰਦੇ ਨੂੰ ਬੇਲੋੜਾ ਬਾਹਰ ਵੀ ਨਹੀਂ ਜਾਣ ਦੇਣਾ ਤੇ ਲੋਕ ਆ ਨਾ ਜਿਹੜੇ ਉੱਥੇ ਪਿੰਡਾਂ ਦੇ ਲੋਕ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਵੀ ਅਸੀਂ ਖੁਦ ਕਰਵਾਵਾਂਗੇ ਆਪਦੇ ਖਰਚੇ ਦੇ ਉੱਤੇ ਸੋ ਇਹੋ ਜੇ ਪਿੰਡ ਵੀ ਮਿਹਨਤ ਜਿਹੜੇ ਕਰ ਰਹੇ ਹਨ ਨਾ ਉਹਨਾਂ ਨੂੰ ਸਲਾਮ ਕਰਨੀ ਬਣਦੀ ਆ ਪਰ ਕੈਪਟਨ ਸਾਹਿਬ ਦੇ ਉੱਤੇ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਵੀ ਆਪਾਂ ਲੋਕਾਂ ਨੂੰ ਤਾਂ رائے ਦੇਤੀ ਬਹੁਤ ਵਧੀਆ ਪਰ ਆਪਾਂ ਆਪ ਕੀ ਕਰ ਰਹੇ ਆ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਹੈ ਨਹੀਂ ਮੈਂ ਕੱਲ ਵੀ ਇਹ ਗੱਲ ਕਹਿਣਾ ਵਾਰ-ਵਾਰ ਕਹਿ ਕੇ ਪਿੱਟ-ਪਿੱਟ ਕੇ ਲੋਕ ਮਰ ਜਾਂਦੇ ਐ ਇਸ ਗੱਲ ਨੂੰ ਪਿੰਡਾਂ ਦੇ ਵਿੱਚ ਡਿਸਪੈਂਸਰ ਹੈ ਨਹੀਂ ਹਸਪਤਾਲ ਹੈ ਨਹੀਂ ਵੈਕਸੀਨੇਸ਼ਨ ਦਾ ਪੂਰਾ ਪ੍ਰਬੰਧ ਹੈ ਨਹੀਂ ਟੈਸਟਿੰਗ ਕਿੱਟਾਂ ਦਾ ਪੂਰਾ ਪ੍ਰਬੰਧ ਹੈ ਨਹੀਂ ਹਸਪਤਾਲਾਂ 'ਚ ਪੂਰੇ ਡਾਕਟਰ ਹੈ ਨਹੀਂ ਤੇ ਬੰਦਾ ਜਾਵੇ ਕਿਹੜੇ ਪਾਸੇ ਕੀ ਨੂੰ ਮਾੜਾ ਕਵੇ ਦੇਖੋ ਗੱਲ ਇਹ ਹੈ ਕਿ ਜਿਹੜੀ ਸਾਡੇ ਜਿਹੜੇ ਮੁਲਕ ਦੇ ਮੁਖੀ ਨੇ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਆਤਮ ਨਿਰਪਰ ਬਣੋ ਲੋਕ ਆਤਮ ਨਿਰਪਰ ਬਣ ਗਏ ਨੇ ਕਿਉਂਕਿ ਇਸ ਵੇਲੇ ਮੈਂ ਟੈਣਾ ਸਾਹ ਪੜ ਰਹੀ ਸੀ ਰੂਪਨਗਰ ਦਾ ਇੱਕ ਪਿੰਡ ਹੈ ਉੱਥੋਂ ਦੀ ਇੱਕ ਬੀਬੀ ਸਰਪੰਚ ਹੈ ਤੇ ਕਿਆ ਕੰਮ ਕਰ ਰਹੀ ਹੈ ਉਹ ਇਹਦੇ ਲਈ ਉਹਨੂੰ ਸ਼ਾਬਾਸ਼ ਦੇਣੀ ਬਣਦੀ ਹੈ ਪਿੰਡ ਦੇ ਪੰਜ ਐਂਟਰੀ ਗੇਟ ਨੇ ਮੁੱਖ ਗੇਟ ਨੇ ਜਿੱਥੋਂ ਪਿੰਡ ਦੇ ਵਿੱਚ ਦਾਖਲ ਹੋਇਆ ਜਾ ਸਕਦਾ ਹੈ ਚਾਰ ਉਹਨਾਂ ਨੇ ਪੱਕੇ ਤੌਰ ਦੇ ਉੱਪਰ ਬੰਦ ਕਰ ਦਿੱਤੇ ਪੰਜਵੇਂ ਗੇਟ ਦੇ ਉੱਪਰ ਉਹ ਆਪ ਖੜੇ ਹੁੰਦੇ ਨੇ ਤੇ ਉੱਥੇ ਜਿਹੜਾ ਵੀ ਪਿੰਡ ਦੇ ਵਿੱਚ ਦਾਖਲ ਹੁੰਦਾ ਹੈ ਜਾਂ ਪ ਉਹਦਾ ਬੁਖਾਰ ਚੈੱਕ ਕੀਤਾ ਜਾਂਦਾ ਹੈ ਉਹਦਾ ਟੈਸਟ ਕੀਤਾ ਜਾਂਦਾ ਹੈ ਉਹਦੀ ਪੂਰੀ ਦੇਖਰੇਖ ਰੱਖੀ ਜਾਂਦੀ ਹੈ ਤੇ ਜੇਕਰ ਕੋਈ ਵੀ ਕਰੋਨਾ ਮਰੀਜ਼ ਪਾਇਆ ਜਾਂਦਾ ਹੈ ਤਾਂ ਪਿੰਡ ਦੀ ਹੀ ਧਰਮਸ਼ਾਲਾ ਦੇ ਵਿੱਚ 20 ਤੋਂ 25 ਬੈੱਡ ਜਿਹੜੇ ਉਹ ਲਗਾਏ ਗਏ ਨੇ ਤਾਂ ਜੋ ਉੱਥੇ ਉਹਦਾ ਇਲਾਜ ਕੀਤਾ ਜਾ ਸਕੇ ਔਰ ਇਲਾਜ ਦਾ ਖਰਚਾ ਜਿਹੜੇ ਪੰਚਾਇਤੀ ਮੈਂਬਰ ਨੇ ਉਹ ਆਪਣੇ ਨਿੱਜੀ ਖਰਚੇ ਚੁੱਕ ਰਹੇ ਨੇ ਸੋ ਇਦਾਂ ਦੇ ਲੋਕ ਵੀ ਨੇ ਇਦਾਂ ਦੇ ਪਿੰਡ ਵੀ ਨੇ ਸੋ ਲੋਕ ਆਤਮ ਨਿਰਭਰ ਬਣ ਕੇ ਸਰਕਾਰਾਂ ਤੋਂ ਕੋਈ ਨਾਤਾ ਆਸ ਸੀ ਤੇ ਨਾ ਹੀ ਆਉਣ ਵਾਲੇ ਸਮੇਂ ਚ ਹੋਏਗੀ ਲੋਕਾਂ ਨੇ ਆਪ ਹੀ ਸਭ ਕੁਝ ਕਰਨਾ ਹੁਣ ਕੱਲ ਕੈਪਟਨ ਸਾਹਿਬ ਨੇ ਵੀ ਗੱਲ ਕਹੀ ਹੈ ਪੰਚਾਇਤਾਂ ਨੂੰ ਵੀ ਜਿਹੜੇ ਪਿੰਡ ਦੇ ਵਿੱਚ 100% ਦੀ ਲੋਕਾਂ ਨੇ ਸਾਰੀ ਆਬਾਦੀ ਨੇ ਪਿੰਡ ਦੇ ਸਾਰੇ ਵਸਨੀਕਾਂ ਨੇ ਟੀਕਾ ਲਵਾ ਲਿਆ ਦੋਨੋਂ ਟੀਕੇ ਲਵਾ ਲਏ ਉਸ ਪਿੰਡ ਨੂੰ ਅਸੀਂ ਜੀ 10 ਲੱਖ ਰੁਪਏ ਦੀ ਗ੍ਰਾਂਟ ਦੇਵਾਂਗੇ ਪਰ ਇਹ ਕਦੋਂ ਦੇਵਾਂਗੇ ਇਸੇ ਪੜਾਅ ਦੇ ਵਿੱਚ ਇਸੇ ਟਰਮ ਚ ਦੇਵਾਂਗੇ ਜਾਂ ਜੇਕਰ ਫੇਰ ਮੌਕਾ ਮਿਲ ਗਿਆ ਤਾਂ ਆਪਾਂ ਅਗਲੀ ਵਾਰ ਦੇਵਾਂਗੇ ਇਹਦੇ ਬਾਬਤ ਕੋਈ ਜਾਣਕਾਰੀ ਨਹੀਂ ਕਿਉਂਕਿ ਮੇਰੇ ਕਈ ਦੋਸਤੇ ਹੋ ਜੇ ਆ ਜਿਹੜੇ ਕਹਿੰਦੇ ਵੀ ਅਸੀਂ ਪਹਿਲੀ ਤਾਂ ਡੋਜ਼ ਲੈ ਲਈ ਪਹਿਲਾ ਟੀਕਾ ਤਾਂ ਲਵਾ ਲਿਆ ਪਰ ਜਦੋਂ ਅਸੀਂ ਦੂਜੀ ਵਾਰ ਜਾਂਦੇ ਆ ਉਹ ਕਹਿੰਦੇ ਨੇ ਜੀ ਹਲੇ ਟੀਕਾ ਆਇਆ ਨਹੀਂ ਕੱਲ ਮੇਰਾ ਇੱਕ ਦੋਸਤ ਗਿਆ ਕਹਿੰਦਾ ਜੀ ਕਿ ਮੈਂ ਦੂਜਾ ਟੀਕਾ ਲਵਾਉਣਾ ਉਹ ਕਹਿੰਦੇ ਜੀ ਹੁਣ ਤਾਂ 18 ਤੋਂ 45 ਵਾਲਿਆਂ ਦਾ ਦੌਰ ਚੱਲਦਾ ਤੁਹਾਡੀ ਤਾਂ ਉਮਰ 47 ਸਾਲ ਆ ਹੁਣ ਬੰਦਾ ਜਾਵੇ ਕਿਹੜੇ ਖੂ ਖਾਤੇ ਜੀ ਹੁਣ ਉਹ ਦੋਆਂ ਘੰਟਿਆਂ ਦੇ ਵਿੱਚ ਦੋ ਸਾਲ ਥੋੜੀ ਵੱਧ ਗਿਆ ਹਾਂ ਦੇ ਨਾਲ 10 ਲੱਖ ਗ੍ਰਾਂਟ ਦੇਾਂਗੇ ਟੀਕੇ ਤੁਹਾਡੇ ਕੋਲ ਹੈ ਨਹੀਂ ਤਾਂ ਪਾਣੀ ਦੇ ਭਰ-ਭਰ ਲਈ ਜਾਣ ਉਹ ਕਿਹੜੇ ਟੀਕੇ ਲਗਾ ਦੇਣ ਲਾਈ ਵੀ ਜਾਂਦੇ ਪਾਣੀ ਦੇ ਭਰ-ਭਰ ਇਹ ਯੂਪੀ ਤੋਂ ਆਈ ਆ ਰੈਮਡੀ ਸਿਵਰ ਜਿਹੜਾ ਟੀਕਾ ਉਹਦੇ ਵਿੱਚ ਪਾਣੀ ਭਰ-ਭਰ ਕੇ ਲਾਈ ਗਏ ਆ ਕੀ ਕਹੋਂਗੇ ਉਹਨਾਂ ਹੁਣ ਤਾਂ ਸਿਆਣਿਆਂ ਨੇ ਐਵੇਂ ਨਹੀਂ ਗੱਲ ਕਹੀ ਹਰ ਥਾਂ ਦੇ ਉੱਤੇ ਗੱਲ ਪ੍ਰਚਾਰੀ ਜਾ ਰਹੀ ਆ ਕਹਿੰਦੇ ਵੀ ਸ਼ਿਮਲਾ ਮਿਰਚ ਦੇ ਵਿੱਚੋਂ ਕਦੇ ਸ਼ਿਮਲਾ ਲੱਭਿਆ ਨਾ ਹైదਰਾਬਾਦੀ ਬਰੀਆਨੀ ਦੇ ਵਿੱਚੋਂ ਕਦੇ ਹైదరాబాద్ ਲੱਭਿਆ ਨਾ ਅਮਰਸਰੀ ਨਾਨ ਦੇ ਵਿੱਚੋਂ ਕਦੇ ਇਹ ਸ਼ਹਿਰ ਲੱਭਿਆ ਨਾ ਉਵੇਂ ਜ਼ਰੂਰੀ ਨਹੀਂ ਵੀ ਜਿਹੜੇ ਅੰਨੇ ਭਗਤਾਂ ਉਹਨਾਂ ਦੇ ਸਿਰ ਦੇ ਵਿੱਚੋਂ ਦਿਮਾਗ ਵੀ ਚੰਚਦਾ ਵੀਚਾਰ ਹਰਮਨ ਜੀ ਕੋਈ ਔਖਾ ਕੰਮ ਨਹੀਂ ਹੈ 네ਗੇਟਿਵ ਨੂੰ ਪੋਜ਼ਿਟਿਵ ਬਣਾਉਣਾ ਪੋਜ਼ਿਟਿਵ ਨੂੰ 네ਗੇਟਿਵ ਬਣਾਉਣਾ ਉਦੋਂ ਤਾਂ ਬੰਦਾ ਹਰ ਕੋਈ ਕਹਿੰਦਾ ਪੋਜ਼ਿਟਿਵ ਰਹੋ ਹਾਂ ਪੱਖੀ ਰਹੋ ਸਕਾਰਾਤਮਕ ਰਹੋ ਪਰ ਇੱਥੇ ਹੁਣ ਪਹਿਲੀ ਵਾਰੀ ਜ਼ਿੰਦਗੀ 'ਚ ਚੱਲ ਰਿਹਾ ਵੀ ਭਾਈ ਹੁਣ ਨੈਗੇਟਿਵ ਰਹਿਓ ਕਰੋਨਾ ਦੇ ਮਾਮਲੇ 'ਚ ਇਹ ਗੱਲ ਬੜੀ ਜ਼ਰੂਰੀ ਆ ਉਹਦਾ ਕਾਰਨ ਇਹ ਵੀ ਜੇ ਤੁਸੀਂ ਸਰਕਾਰੀ ਹਸਪਤਾਲ 'ਚ ਗਏ ਤਾਂ ਜ਼ਿੰਦਗੀ ਤੋਂ ਹੱਥ ਤੋਤੇ ਜਾਣੀ ਆ ਜੇ ਨਿੱਜੀ ਹਸਪਤਾਲ 'ਚ ਗਏ ਤਾਂ ਜ਼ਮੀਨ ਤੋਂ ਹੱਥ ਤੋਤੇ ਜਾਣੀ ਆ ਇਸ ਕਰਕੇ ਘਰ ਦੇ ਵਿੱਚ ਹੀ ਹੱਥ ਧੋ ਦੇ ਰਹੋ ਤੇ ਜ਼ਿੰਦਗੀ ਬਚੀ ਰਹਿੰਦੀ ਆ ਇਹ ਹੁਣ ਡਾਕਟਰਾਂ ਦੇ ਵੱਲੋਂ ਗੱਲ ਕਹੀ ਗਈ ਆ ਪਰ ਕੀ ਕਰਗੇ ਸਰਕਾਰ ਆਪ ਇਹ ਗੱਲ ਕਹਿੰਦੀ ਆ ਕੱਲ ਇੰਡੀਅਨ ਮੈਡੀਕਲ ਇੰਸਟੀਚਿਊਟ ਨੇ ਕਿਹਾ ਵੀ ਕਰੋਨਾ ਦੀ ਇਸ ਦੂਜੀ ਲਹਿਰ ਦੇ ਵਿੱਚ 269 ਡਾਕਟਰਾਂ ਦੀ ਮੌਤ ਹੋ ਗਈ ਆ ਇੰਡੀਅਨ ਮੈਡੀਕਲ ਐਸ ਜਿਹੜੇ ਕੇ ਕੇ ਅਗਰਵਾਲ ਉਹਨਾਂ ਦੀ ਵੀ ਕਰੋਨਾ ਮਹਾਮਾਰੀ ਦੇ ਕਰਕੇ ਮੌਤ ਹੋ ਗਈ ਹੈ ਸੰਜੀਵ ਬਾਲੀਆ ਨੇ ਜਿਹੜੇ ਕੇ ਕੇਂਦਰੀ ਮੰਤਰੀ ਹੈ ਉਹਨਾਂ ਦੇ ਚਾਚੇ ਦੇ ਪੁੱਤ ਦੀ ਮੌਤ ਹੋ ਗਈ ਹੈ ਇੱਕ ਭਰਾ ਉਹਨਾਂ ਦਾ ਇਮਜ ਦੇ ਵਿੱਚ ਦਾਖਲ ਆ ਸਮੱਸਿਆ ਬੜੀ ਵੱਡੀ ਹੈ ਹਾਲੇ ਵੀ ਆਪਾਂ ਜੇਕਰ ਇਹ ਗੱਲ ਕਵਾਂਗੇ ਵੀ ਭਾਈ ਦੇਸ਼ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਬਹੁਤ ਤਰੀਕੇ ਦੇ ਨਾਲ ਅਸੀਂ ਤਾਂ ਕਾਬੂ ਕਰ ਰਹੇ ਕੋਈ ਕਾਬੂਕੂਬੂ ਨਹੀਂ ਹੋਇਆ ਆਪਣਾ ਦੇਸ਼ ਦਾ ਜਲੂਸ ਨਿਕਲਿਆ ਪਿਆ ਆਪਾਂ ਦੇਸ਼ ਦੇ ਮਾਣ ਸਨਮਾਨ ਦੇ ਲਈ ਬਹੁਤ ਕੁਝ ਕਰ ਸਕਦੇ ਸੀ ਸਵਾ ਸਾਲ ਦੇ ਵਿੱਚ ਜਿਹੜਾ ਕੁਝ ਆਪਾਂ ਨਹੀਂ ਕੀਤਾ ਦੇਖੋ ਗੱਲ ਇਹ ਹੈ ਟਾਣਾ ਸਾਹਿਬ ਕਿ ਉਹ ਸਵਾ ਸਾਲ ਦੇ ਵਿੱਚ ਕੀਤਾ ਨਾ ਅਸੀਂ ਆਪਣੇ ਲਈ ਨਵੇਂ ਜਹਾਜ਼ ਖਰੀਦੇ ਅਸੀਂ ਨਵੀਆਂ ਇਮਾਰਤਾਂ ਖੜੀਆਂ ਕੀਤੀਆਂ ਅਸੀਂ ਆਪਣੀਆਂ ਜੇਬਾਂ ਭਰੀਆਂ ਅਸੀਂ ਆਪਣੇ ਬਾਰੇ ਸੋਚਿਆ ਲੋਕ ਜਾਣ ਠੱਠੇ ਖੋ ਦੇ ਵਿੱਚ ਲੋਕਾਂ ਦਾ ਕੀ ਹੈ ਅਸੀਂ ਉਹਨਾਂ ਬਾਰੇ ਕਦੇ ਨਹੀਂ ਸੋਚਿਆ ਨਾ ਹੀ ਸੋਚਾਂਗੇ ਸੋ ਗੱਲ ਇਹ ਹੈ ਟਾਣਾ ਸਾਹਿਬ ਇਸ ਵੇਲੇ ਕਰੋਨਾ ਦੀ ਜੋ ਸਥਿਤੀ ਹੈ ਪਰਿਵਾਰਾਂ ਦੇ ਪਰਿਵਾਰ ਖਤਮ रहे ਨੇ ਪਰਵਾਰਾਂ ਦੇ ਪਰਿਵਾਰ ਇਸ ਕਰੋਨਾ ਨੇ ਨਿਗਲ ਲਏ ਸਰਕਾਰ ਤੁਹਾਨੂੰ 10ਵੀਂ 12ਵੀਂ ਤੋਂ ਬਚਾ ਸਕਦੀ ਆ ਪਰ 13ਵੀਂ ਤੋਂ ਨਹੀਂ ਬਚਾ ਸਕਦੀ ਇਸ ਲਈ ਆਪ ਹੀ ਬਚਣਾ ਪਏਗਾ ਬਚੋ ਜਿੰਨਾ ਬਚ ਸਕਦੇ ਹੋ ਬਾਕੀ ਗੱਲ ਇਹ ਹੈ ਟੇਣਾ ਸਾਹਿਬ ਕਿ ਜਦੋਂ ਤੁਸੀਂ ਆ ਵੈਕਸੀਨੇਸ਼ਨ ਦੀ ਆਪਾਂ ਜੇ ਗੱਲ ਕਰੀਏ ਜਦੋਂ ਟੀਕਾ ਲਵਾਉਣ ਜਾਂਦੇ ਹੋ ਨਾ ਤਾਂ ਤੁਹਾਡੇ ਫੋਨ ਦੇ ਉੱਪਰ ਮੈਸੇਜ ਆਉਂਦਾ ਹੈ ਤੇ ਤੁਹਾਡਾ ਨਾਮ ਇਹੇ ਹੈ ਤੇ ਤੁਹਾਨੂੰ ਜਿਹੜਾ ਫਲਾਣੀ ਕੰਪਨੀ ਦਾ ਜਿਹੜਾ ਟੀਕਾ ਹੈ ਉਹ ਲਗਾ ਦਿੱਤਾ ਗਿਆ ਹੈ ਨਾ ਤੇ ਉਸ ਤੋਂ ਬਾਅਦ ਵਿੱਚ ਹੁਣ ਤਾਂ ਇਹ ਹਾਲਾਤ ਹੋ ਗਏ ਕਿ ਕੁਝ ਇੱਕ ਮਾਮਲੇ ਇਹੋ ਜੇ ਸਾਹਮਣੇ ਆਏ ਕਿ ਲੋਕਾਂ ਨੇ ਟੀਕਾ ਨਹੀਂ ਲਵਾਇਆ ਫਿਰ ਵੀ ਮੋਬਾਈਲ ਤੇ ਮੈਸੇਜ ਆ ਰਹੇ ਨੇ ਵੀ ਤੁਸੀਂ ਟੀਕਾ ਲਵਾ ਲਿਆ ਮੈਂ ਤਾਂ ਕਦੇ-ਕਦੇ ਇਸ ਗੱਲੋਂ ਹੈਰਾਨ ਹੁੰਨਾ ਵੀ ਜੇ ਬੰਦਾ ਡਰਾਈਵਿੰਗ ਲਾਇਸੈਂਸ ਬਣਾਉਣ ਜਾਂਦਾ ਔਰ ਇਹ ਤੇ ਅਮਰਖਾਨ ਦੀ ਫੋਟੋ ਲਾ ਦਿੰਦੇ ਆ ਆ ਕਿਸੇ ਬੰਦੇ ਨੇ ਕਹਿੰਦੇ ਪਿੱਛੇ ਜਾਏ ਆਧਾਰ ਕਾਰਡ ਬਣਾਉਣਾ ਸੀਗਾ ਔਰ ਇਹ ਤੇ ਮਾਦਰੀ ਦੀਕਸ਼ਤ ਦੀ ਫੋਟੋ ਲਾਤੀ ਉਹ ਕਹਿੰਦੇ ਬਸ ਸਾਰਾ ਜੰਗਪਲੰਗਾ ਹੀ ਹੋ ਗਿਆ ਮੈਂ ਹੁਣ ਜਾਵਾਂ ਕਿਹੜੇ ਪਾਸੇ ਇਦਾਂ ਦੀਆਂ ਕਹਿੰਦੇ ਬਾਅਦ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਬੰਦਾ ਕੀ ਕਵੇ ਤੇ ਕੀ ਨਾ ਕਵੇ ਹੁਣ ਪਠਾਨਕੋਟ ਦੇ ਵੱਲੋਂ ਖਬਰ ਆ ਗਈ ਆ ਉਹ ਬੰਦਾ ਕਹਿੰਦਾ ਜੀ ਮੈਂ ਤਾਂ ਟੀਕਾ ਲਵਾਇਆ ਤੇ ਮੈਂ ਤਾਂ ਰਜਿਸਟ੍ਰੇਸ਼ਨ ਕਰਵਾਈ ਹੀ ਨਹੀਂ ਪਰ ਮੈਨੂੰ ਮੈਸੇਜ ਆ ਗਿਆ ਮੇਰੇ ਮੋਬਾਈਲ ਤੇ ਸੁਨੀਹਾ ਆ ਗਿਆ ਵੀ ਭਾਈ ਤੁਹਾਡੇ ਟੀਕੇ ਲੱਗ ਚੁੱਕਾ ਤੇ ਤੁਸੀਂ ਬਸ ਇਹ ਜਿਹੜਾ ਪਹਿਲਾ ਟੀਕਾ ਲੱਗ ਗਿਆ ਤੇ ਦੂਜੇ ਦੀ ਤਿਆਰੀ ਕਰ ਚਲੋ ਚਲੋ ਇਦਾਂ ਦਾ ਕੰਮ ਵੀ ਆ ਜੀ ਔਰ ਇਹ ਟਾਣਾ ਸਾਹਿਬ ਕੱਲੇ ਇੱਕ ਮਾਮਲੇ ਦੀ ਗੱਲ ਨਹੀਂ ਇਸ ਤੋਂ ਇਲਾਵਾ ਵੀ ਇੱਕ ਮੇਰੇ ਜਾਣਕਾਰ ਵੀ ਆ ਜਿਨ੍ਹਾਂ ਨੂੰ ਇਹ ਸੁਨੀਹਾ ਆ ਗਿਆ ਪਰ ਉਹਨਾਂ ਨੇ ਟੀਕਾ ਨਹੀਂ ਲਵਾਇਆ ਅੱਛਾ ਮੋਬਾਈਲ ਤੇ ਸੁਨੀਹਾ ਆ ਗਿਆ ਕਿ ਯੂ ਹੈਵ ਬੀਨ ਸਕਸੈਸਫੁਲੀ ਵੈਕਸੀਨੇਟਿਡ ਹੂੰ ਹੂੰ ਵਾਹ بس ਘਰੇ ਬੈਠਣ ਦੇ ਲੱਗ ਜਾਂਦਾ ਜੀ ਕੋਈ ਪਤਾ ਨਹੀਂ ਹੈ ਇਹ ਡਿਜੀਟਲ ਹੈ ਨਾ ਫਿਰ ਘਰੇ ਐ ਐਂ ਲੱਗ ਜਾਂਦਾ ਹੁੰਦਾ ਹਾਂ ਕਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਜੀ ਕੋਈ ਜ਼ਰੂਰੀ ਨਹੀਂ ਬਹਦਾ ਇੱਥੇ ਮੋਡਾ ਜਾ ਕੱਟ ਕੇ ਬਹਿੜੇ ਬਹਿਣਾ ਨਾਲੇ ਪਤਾ ਕੀ ਗੱਲ ਹੈ ਜਾਨਾ ਸਭ ਟੀਕਾ ਲੱਗਣ ਤੇ ਪੀੜ ਹੁੰਦੀ ਹੈ ਤਾਂ ਪੀੜ ਤਾਂ ਅੱਗੇ ਲੋਕਾਂ ਨੂੰ ਹੋ ਰਹੀ ਜਿਹੜੇ ਲੋਧੇ ਅਸੀਂ ਲਵਾਏ ਹੋਏ ਆ ਸਰਕਾਰਾਂ ਤੋਂ ਉਹਨਾਂ ਦੀ ਪੀੜ ਨਹੀਂ ਹੱਟੀ ਤੇ ਇਹ ਟੀਕੇ ਦੀ ਪੀੜ ਕਿੱਥੋਂ ਪਤਾ ਲੱਗੇਗੀ ਹਾਂ ਪਰ ਕਈਆਂ ਨੂੰ ਪੀੜ ਸਿਰਫ ਉਦੋਂ ਹੀ ਹੁੰਦੀ ਹੈ ਜਦੋਂ ਆਪਾਂ ਸਰਕਾਰ ਦੀਆਂ ਕੀਤੀਆਂ ਕਰਾਈਆਂ ਤਾਂ ਟਿੱਪਣੀ ਕਰਦੇ ਆ ਹਾਂ ਉਦੋਂ ਕਹਿੰਦੇ ਇੰਨੀ ਪੀੜ ਹੁੰਦੀ ਹੈ ਨਾ ਭੁੱਬਲੇ ਬ ਹਾਂ ਜੇ ਤੁਹਾਨੂੰ ਸੱਚ ਨਹੀਂ ਲੱਗਦਾ ਤਾਂ ਫਿਰ ਇਹ ਦੱਸੋ ਵੀ 6 ਸਾਲ 6.5 ਸਾਲ ਪੁਰਾਣੇ ਭਾਸ਼ਣ ਕੱਢ ਲਓ ਤੇ ਹੁਣ ਦੇ ਭਾਸ਼ਣਾਂ ਦੇ ਨਾਲ ਤੇ ਹੁਣ ਦੀ ਹਕੀਕਤ ਦੇ ਨਾਲ ਤੁਲਨਾ ਕਰ ਲਓ ਕੀ ਭਾਰਤ ਦੇ ਵਿੱਚ 35-40 ਰੁਪਏ ਲੀਟਰ ਤੇਲ ਆ ਕੀ ਭਾਰਤ ਦੇ ਵਿੱਚ ਸਿਲੰਡਰ ਦਾ ਮੁੱਲ ਹੁਣ 400 ਤੋਂ ਘਟਾ ਕੇ 300 ਕਰ ਦਿੱਤਾ ਗਿਆ ਕੀ ਭਾਰਤ ਦੇ ਵਿੱਚ ਖਾਣ ਵਾਲੇ ਤੇਲਾਂ ਦੀ ਕੀਮਤ ਘਟ ਗਈ ਕੀ ਤੁਹਾਡੀ ਰਸੋਈ ਦੇ ਵਿੱਚ ਉਹਦੀਆਂ ਚੀਜ਼ਾਂ ਅੱਧੇ ਮੁੱਲ ਦੇ ਉੱਤੇ ਹੋ ਗਈਆਂ ਇਹਨਾਂ ਗੱਲਾਂ ਨੂੰ ਕਹਿ-ਕਹਿ ਕੇ ਸੱਤਾ ਦੇ ਵਿੱਚ ਆਏ ਸੀ ਤੇ ਹੋਇਆ ਕੀ ਆ ਮਹਾਮਾਰੀ ਕਿਤੇ ਵੀ ਕੋਈ ਵੀ ਫੈਲ ਸਕਦੀ ਆ ਕੀ ਪਤਾ ਕੱਲ ਨੂੰ ਕੀ ਆਉਣਾ ਅੱਤੌਤੇ ਤੂਫਾਨ ਆਇਆ ਤੇ ਉਹਨੇ ਕਈ ਪਾਸੇ ਢੇਰਾਂ ਲਿਆਂਦਗਾ ਤੇ ਉਸ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋਈ ਹੈ ਜੇਕਰ ਇਹ ਆਪਦਾ ਹੋਰ ਪ੍ਰਚੰਡ ਰੂਪ ਦਿਖਾਉਂਦਾ ਤਾਂ ਆਪਾਂ ਇਹਦੇ ਮੁਰੇ ਕਿਛ ਪੰਜਾ ਵਿੱਚ 80 ਨਾਲ ਖੜ ਜਾਂਦੇ ਨਾ 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 ਸੋ ਇਸ ਕਰਕੇ ਸਾਨੂੰ ਪ੍ਰਬੰਧਤਾ ਅਗਾਊਂ ਕਰਨੇ ਪੈਣਗੇ ਉਹ ਤਾਂ ਕੁਝ ਵੀ ਸਕਦਾ ਨਾਲੇ ਗੱਲ ਇਹ ਹੈ ਜਦੋਂ ਦੇਖੋ ਪਹਿਲਾਂ ਜਦੋਂ ਇਹ ਮਹਾਮਾਰੀ ਫੈਲੀ ਸੀ ਉਦੋਂ ਇਹ ਕਿਹਾ ਜਾ ਸਕਦਾ ਸੀ ਕਿ ਪਤਾ ਹੀ ਨਹੀਂ ਸੀ ਕਿਸੇ ਨੂੰ ਤੇ ਇੱਕ ਦਮੇ ਸਾਰਾ ਕੁਝ ਹੋ ਗਿਆ ਪਰ ਉਦੋਂ ਇਹ ਗੱਲ ਜ਼ਰੂਰ ਕਹੀ ਗਈ ਸੀ ਕਿ ਦੂਜੀ ਲਹਿਰ ਆਊਗੀ ਤੇ ਜੇ ਉਦੋਂ ਇਹ ਗੱਲ ਕਹੀ ਗਈ ਸੀ ਤਾਂ ਫਿਰ ਅਸੀਂ ਕਿਉਂ ਨਹੀਂ ਤਿਆਰੀ ਖਿੱਚੀ ਤੇ ਹੁਣ ਇਹ ਗੱਲ ਕਹੀ ਗਈ ਇਹ ਵੀ ਤੀਜੀ ਲਹਿਰ ਆਉਗੀ ਜੀ ਤੇ ਜੇਕਰ ਆਪਾਂ ਹੁਣ ਵੀ ਕਹੀਗੇ ਵੀ ਟੱਲੀਆਂ ਖੜਕਾਈ ਚੱਲੋ ਤੇ ਇਦਾਂ ਕੁਝ ਨਹੀਂ ਹੋਣਾਗਾ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਮਨ ਜੀ ਹਰ ਰੋਜ਼ ਡਾਕਟਰਾਂ ਦੀਆਂ ਅਣਗੈਲੀਆਂ ਦੀਆਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਵੀ ਜੀ ਨਹੀਂ ਕਰਦਾ ਕਿ ਇੱਥੇ ਬੈਠ ਕੇ ਹਰ ਰੋਜ਼ ਉਹੀ ਬਾਤ ਪਾਈ ਜਾਵੇ ਪਰ ਖਬਰਾਂ ਆਉਂਦੀਆਂ ਹੀ ਇੰਨੀਆਂ ਜ਼ਿਆਦਾ ਵੀ ਬੰਦਾ ਕੀ ਲੁਕੋਵੇ ਤੇ ਕੀ ਦੱਸੇ ਕਿਉਂਕਿ ਪਿਛਲੇ ਦਿਨੀ ਇੱਕ ਖਬਰ ਆਈ ਸੀ ਵੀ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਉਸ ਔਰਤ ਨੇ ਆਪਦਾ ਆਪਰੇਸ਼ਨ ਕਰਵਾਇਆ ਸੀਗਾ ਜੀ ਉਹ ਆਪਰੇਸ਼ਨ ਤੋਂ ਬਾਅਦ ਉਹਦੇ ਢਿੱਡ ਦੇ ਵਿੱਚ ਪੀੜ ਬਹੁਤ ਹੋਣ ਲੱਗ ਪਈ ਜਦੋਂ ਉਸ ਔਰਤ ਦੀ ਮੌਤ ਹੋ ਗਈ ਜਾ ਕੇ ਉਹਦਾ ਸਸਕਾਰ ਕੀਤਾ ਤੀਜੇ ਦਿਨ ਜਦੋਂ ਫੁੱਲ ਚੁਗਣ ਗਏ ਤਾਂ ਫੁੱਲਾਂ ਦੇ ਵਿੱਚੋਂ ਹੱਡੀਆਂ ਦੇ ਵਿੱਚੋਂ ਇੱਕ ਕੈਂਚੀ ਨਿਕਲੀ ਜੀ ਉਹ ਕੈਂਚੀ ਚੱਕ ਕੇ ਤੇ ਉਹ ਗਏ ਹਸਪਤਾਲ ਦੇ ਕੋਲੇ ਹਸਪਤਾਲ ਵਾਲੇ ਕਹਿੰਦੇ ਸਾਡੀ ਕੈਂਚੀ ਥੋੜੀ ਆ ਇਸ ਕੈਂਚੀ ਦੇ ਉੱਤੇ ਤਾਂ ਸਾਡਾ ਮਾਰਕਾ ਹੀ ਹੈ ਨਹੀਂ ਸਾਡੇ ਕੋਲੇ ਤਾਂ ਇਸ ਤਰ੍ਹਾਂ ਦੀਆਂ ਕੈਂਚੀਆਂ ਹੁੰਦਾਂਗੇ ਤਾਂ ਕੈਂਚੀ ਕਿਸੇ ਨੇ ਬਾਹਰੋਂ ਲਿਆ ਕੇ ਰੱਖੀ ਆ ਮਤਲਬ ਕਹਿਣ ਦਾ ਇਹ ਆ ਵੀ ਜਿਹੜਾ ਟੱਬਰ ਦਾ ਜੀ ਮਰਿਆ ਹੋਵੇ ਉਹ ਕੈਂਚੀਆਂ ਵਿੱਚ ਰੱਖ ਰੱਖ ਕੇ ਲ ਉਹ ਉਸ ਵੇਲੇ ਇੰਨਾ ਵਿਹਲਾ ਹੁੰਦਾ ਵੀ ਕਲੋਲਾ ਕਰੂਗਾ ਜਿਹਦੇ ਘਰ ਦੇ ਵਿੱਚ 70 ਵਿਛ ਗਿਆ ਉਹ ਕਿੰਚੀnga ਚੱਕ ਕੇ ਤੁਹਾਡੇ ਤੇ ਝੂਠੇ ਦੋਸ਼ ਲਾਊਗਾ ਕਿਉਂਕਿ ਅਣਗੈਲੀ ਕਈ ਥਾਵਾਂ ਤੇ ਵਰਤੀ ਜਾਂਦੀ ਹੈ ਇੱਥੇ ਮੈਂ ਤਾਂ ਹੈਰਾਨ ਹੁੰਨਾ ਡਾਕਟਰ ਕਈ ਆਪਰੇਸ਼ਨ ਕਰਦੇ ਆਪਸ ਚ ਗੱਲਾਂ ਕਰੀ ਜਾਣਗੇ ਮੇਰਾ ਇੱਕ ਜਾਣਕਾਰ ਉਹਨੇ ਆਪ ਦਾ ਇੱਕ ਆਪਰੇਸ਼ਨ ਕਰਵਾਇਆ ਛੋਟਾ ਜਿਹਾ ਉਹਦੇ ਕੋਈ ਗੰਡ ਜੀ ਸੀਗੀ ਤੇ ਉਹਦੇ ਪਹਿਲਾਂ ਬੇਹੋਸ਼ੀ ਦਾ ਟੀਕਾ ਲਾਇਆ ਤੇ ਬਾਅਦ ਵਿੱਚ ਆਪਸ ਚ ਗੱਲਾਂ ਕਰੀ ਜਾਣ ਬਾਹੂਬਲੀ ਦੇਖੀ ਕਿ ਨਹੀਂ ਹਾਂ ਕਿਵੇਂ تھے ਉਹ ਕਹਿੰਦਾ ਭਰਾਵੋ ਮੈਂ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਦਿਖਾ ਦਊਗਾ ਆ ਸਹੀ ਤਰੀਕੇ ਨਾਲ ਮੇਰੀ ਕਟ ਵੱਟ ਕਰੋ ਹਾਏ ਰੱਬਾ ਹੱਦ ਹੀ ਹੋ ਗਈ ਟਾਣਾ ਸਾਹਿਬ ਕਈ ਥਾਵਾਂ ਤੇ ਸਾਰੇ ਨਹੀਂ ਪਰ ਦੇਖੋ ਤੁਸੀਂ ਬੰਦੇ ਦੀ ਜ਼ਿੰਦਗੀ ਆ ਜਿਹੜੀ ਉਹਨੂੰ ਬਚਾਉਣ ਦੇ ਲਈ ਕੁਝ ਕਰਦੇ ਆ ਤੁਸੀਂ ਆਪਦੀਆਂ ਗੱਲਾਂ ਬਾਤਾਂ ਉਸ ਵਕਤ ਬਾਹਰ ਰੱਖੋ ਬਾਅਦ ਦੇ ਵਿੱਚ ਗੱਲਾਂ ਬਾਤਾਂ ਕਰੀ ਜਾਇਓ ਹਾਂ ਜਿਹੜਾ ਕੰਮ ਹੈ ਉਹਨੂੰ ਤਾਂ ਧਿਆਨ ਦੇ ਨਾਲ ਕਰੋ ਪਰ ਚਲੋ ਇਸੇ ਖਬਰ ਦੇ ਵਿੱਚ ਇੱਕ ਹੋਰ ਅੱਗੇ ਇਜ਼ਾਫਾ ਹੋਇਆ ਘਟਣੀਆਂ ਤਾਂ ਕੀ ਆ ਇਹੋ ਜਿਹੀਆਂ ਖਬਰਾਂ ਜਿਹੜਾ ਇੱਕ ਪਿੰਡ ਤੋਂ ਖਬਰ ਸਾਹਮਣੇ ਆਈ ਹੈ ਜੀ ਉੱਥੇ ਵੀ ਇੱਕ ਔਰਤ ਜਿੱਦਕਿ ਇੱਕ ਸਰਜਰੀ ਹੋਈ ਸੀ ਟਾਣਾ ਸਾਹਿਬ ਉਹ ਸਰਜਰੀ ਤੋਂ ਬਾਅਦ ਉਹ ਵਿਚਾਰੀ ਜਿਹੜੀ ਆ ਰਿਕਵਰ ਨਹੀਂ ਕਰ ਸਕੇ ਉਹ ਠੀਕ ਨਹੀਂ ਹੋ ਸકી ਜਿਸ ਦਾਦੀ ਦੀ ਮੌਤ ਹੋ ਗਈ ਤੇ ਮੌਤ ਤੋਂ ਬਾਅਦ ਜੋ ਸੰਸਕਾਰ ਕੀਤਾ ਗਿਆ ਫੁੱਲ ਚੁਗਣਗੇ ਪਰਿਵਾਰਕ ਜੀ ਤੇ ਉਹਦੇ ਵਿੱਚ ਇੱਕ ਸ਼ੀਸ਼ੀ ਨਿਕਲੀ ਜਿਹੜੇ ਇੱਕ ਪਿੰਡ ਦੀ ਇਸ ਔਰਤ ਦੀ ਬੱਚੇਦਾਨੀ ਚ ਰਸੌਲੀ ਸੀਗੀ ਜੀ ਇਹਦਾ ਕੁਝ ਦਿਨ ਪਹਿਲਾਂ ਆਪਰੇਸ਼ਨ ਕਰਾਇਆ ਗਿਆ ਇੱਕ ਵੱਡੇ ਹਸਪਤਾਲ ਤੋਂ ਰਪਈਆਂ ਦੀ ਪੰਡ ਲਈ ਆ ਉਸ ਡਾਕਟਰ ਨੇ ਪਰ ਉਸ ਔਰਤ ਦੀ ਮੌਤ ਹੋ ਗਈ ਦਰਦ ਦੇ ਕਰਕੇ ਉਹਨੂੰ ਛੁੱਟੀ ਮਿਲ ਗਈ ਸੀ ਘਰੇ ਜਾ ਕੇ ਉਹਦੀ ਸਥਿਤੀ ਫੇਰ ਵਿਗੜੀ ਤੇ ਡਾਕਟਰ ਕਹਿੰਦਾ ਵੀ ਜਦੋਂ ਆਪਾਂ ਟੰਕੇ ਕੱਟਣੇ ਆ ਨਾ ਉਦੋਂ ਆਪਾਂ ਸਰੀਰ ਦੀ ਫੇਰ ਪੜਤਾਲ ਕਰਾਂਗੇ ਆਪਾਂ ਜਿਹੜਾ ਆਪਰੇਸ਼ਨ ਕੀਤਾ ਉਦੋਂ ਸਾਰੀ ਜਾਂਚ ਕਰਾਂਗੇ ਪਰ ਉਦੋਂ ਤੱਕ ਉਸ ਔਰਤ ਦੀ ਮੌਤ ਹੋ ਗਈ ਟੰਕੇ ਕੱਟਣ ਤੋਂ ਪਹਿਲਾਂ ਹੁਣ ਜਦੋਂ ਉਹਦਾ ਸੰਸਕਾਰ ਕਰਤਾ ਉਹਦੇ ਫੁੱਲ ਚੁਗੜਣਗੇ ਤੇ ਵਿੱਚੋਂ ਇੱਕ ਪਿਗਲੀ ਹੋਈ ਸ਼ੀਸ਼ੀ ਮਿਲੀ ਆ ਉਹ ਸ਼ੀਸ਼ੀ ਚੱਕ ਕੇ ਪੁਲਿਸ ਦੇ ਕੋਲੇ ਚਲੇ ਗਏ ਪੁਲਿਸ ਨੂੰ ਨਾਮ ਲੈ ਕੇ ਹਸਪਤਾਲ 'ਚ ਚਲੇ ਗਏ ਤੇ ਡਾਕਟਰ ਕਹਿੰਦੇ ਵੀ ਸਾਡੇ ਉੱਤੇ ਗਲਤ ਇਲਜ਼ਾਮ ਨਾ ਲਾਓ ਇਹ ਸ਼ੀਸ਼ੀ ਤਾਂ ਸਿੱਕੀ ਕਰਾਉਣਾ ਅਸੀਂ ਤਾਂ ਹੋਰ ਸੰਦ ਅਸੀਂ ਤਾਂ ਹੋਰ ਔਜ਼ਾਰ ਵਰਤਦੇ ਹੁੰਨੇ ਆ ਸ਼ੀਸ਼ੀ ਥੋੜੀ ਵਿੱਚ ਅਸੀਂ ਰੱਖ ਦੇਣੀ ਆ ਹੋ ਸਕਦਾ ਵੀ ਭਾਈ ਕੀ ਕਵਾਂ ਨਹੀਂ ਨਹੀਂ ਤੇ ਸ਼ੀਸ਼ੀ ਕੀ ਪਰਵਾਰਕ ਜੀਆਂ ਨੇ ਵਿੱਚ ਰੱਖਤੀ ਹੋਊਗੀ ਉਹ ਤਾਂ ਇਉਂ ਹੀ ਕਹਿੰਦੇ ਆ ਨਾ ਹੱਦ ਹੋ ਗਈ ਉਹਨਾਂ ਵਾਲੇ ਵੀ ਅਸੀਂ ਹੋਰ ਸੰਦ ਵਰਤਦੇ ਆ ਵੀ ਅਸੀਂ ਉਹਨਾਂ ਦੇ ਕਹਿਣ ਦਾ ਕਿ ਮਤਲਬ ਵੀ ਜੇ ਅਸੀਂ ਰੱਖਣਾ ਹੁੰਦਾ ਤਾਂ ਕੋਈ ਹੋਰ ਸੰਦ ਰੱਖਦੇ ਸੀ ਸ਼ੀਸ਼ੀ ਨਾ ਰੱਖਦੇ ਕਿਸੇ ਚੀਜ਼ ਦਾ ਕੋਈ ਤਰਕ ਹੁੰਦਾ ਹੈ ਕੋਈ ਗੱਲ ਹੁੰਦੀ ਹੈ ਜੇਕਰ ਪਿਗਲੀ ਹੋਈ ਸ਼ੀਸ਼ੀ ਨਿਕਲੀ ਹੈ ਇਹਦਾ ਮਤਲਬ ਕਿਉਂ ਅੰਦਰ ਸੀ ਤੇ ਜੇਕਰ ਤੁਹਾਡੇ ਕੋਲ ਇਹ ਗਲਤੀ ਹੋਈ ਹੈ ਤੁਸੀਂ ਮੰਨਦੇ ਕਿਉਂ ਨਹੀਂ ਹੁੰਦੇ ਕਿਸੇ ਦੇ ਪਰਿਵਾਰਕ ਜੀ ਦਾ ਤੁਰ ਜਾਣਾ ਇਹ ਉਹਨਾਂ ਪਰਿਵਾਰ ਵਾਲਿਆਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੇ ਉੱਪਰ ਕੀ ਬੀਤਦੀ ਹੋਊਗੀ ਇਸ ਵੇਲੇ ਵਿਚਾਰੇ ਕਿਹੜੇ ਦੌਰ ਚੋਂ ਨਿਕਲ ਰਹੇ ਹੋਣਗੇ ਤਾਂ ਤੁਹਾਨੂੰ ਹੋਰ ਹੀ ਗੱਲਾਂ ਸੋਚਦੀਆਂ ਨੇ ਡਾਕਟਰ ਨਾਲ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਗੱਲਾਂ ਕਰਕੇ ਟਾਣਾ ਸਾਹਿਬ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਾੜੀ ਮੋਟੀ ਜਦੋਂ ਕਿਤੇ ਕੋਈ ਵੀ ਸਮੱਸਿਆ ਆਉਂਦੀ ਹੈ ਸਰੀਰ 'ਤੇ ਉਹ ਡਾਕਟਰ ਕੋਲ ਨਹੀਂ ਜਾਂਦੇ ਉਹ ਡਰਦੇ ਨੇ ਸਾਰੇ ਇੱਕੋ ਜਿਹੇ ਡਾਕਟਰ ਨਹੀਂ ਪਰ ਇਹ ਕੁਝ ਕੁ ਦਾ ਕਰਕੇ ਸਾਰੇ ਬਦਨਾਮ ਹੁੰਦੇ ਨੇ ਤੇ ਲੋਕ ਇਹਨਾਂ ਡਾਕਟਰਾਂ ਦੇ ਕੋਲ ਜਾਣ ਤੋਂ ਡਰਦੇ ਨੇ ਤੇ ਜਦੋਂ ਫਿਰ ਹੱਥੋਂ ਗੱਲ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਫਿਰ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਇਹਨਾਂ ਡਾਕਟਰਾਂ ਨੂੰ ਦੇਣੀਆਂ ਪੈਂਦੀਆਂ ਨੇ ਦੇਖੋ ਕਦੇ ਵੀ ਤੁਸੀਂ ਡਾਕਟਰ ਨੂੰ ਇਹ ਗੱਲ ਨਹੀਂ ਕਹਿ ਸਕਦੇ ਉਹ ਤਾਂ ਆਪਾਂ ਕਹਿ ਦਾਂਗੇ ਵੀ ਭਾਈ 2 ਕਿਲੋ ਚੀਜ਼ ਲੈਣੀ ਆ ਭਾ ਆਹ ਲਾ ਲਾ ਅਸੀਂ 3 ਕਿਲੋ ਲੈ ਲਾਂਗੇ ਜੀ ਕਿਸੇ ਹੋਰ ਥਾਂ ਤੇ ਜਾ ਕੇ ਲੀੜਾ ਜਿਹੜੋ ਖਰੀਦੇ ਆ ਉਦੋਂ ਵੀ ਕਹਿ ਦੋਗੇ ਵੀ ਭਾਈ 500 ਰੁਪਿਆ ਮੀਟਰ ਨਹੀਂ ਅਸੀਂ 10 ਮੀਟਰ ਲੈਣਾ ਤੁਸੀਂ 350-400 ਰੁਪਿਆ ਲਾ ਲਓ ਪਰ ਗੱਲ ਇਹ ਵੀ ਇੱਕ ਡਾਕਟਰ ਹੀ ਹੋ ਜਾ ਥਾਂ ਜਿੱਥੇ ਜਿੰਨੇ ਪੈਸੇ ਮੰਗੇ ਗਏ ਉਹਨੇ ਪੈਸੇ ਦੇਣੇ ਪੈਣੇ ਤੇ ਇਸੇ ਗੱਲ ਕਰਕੇ ਉਹ ਮੰਗਦੇ ਵੀ ਇੰਨੇ ਆ ਭਾਵੇਂ ਤੁਹਾਨੂੰ ਆਪਣਾ ਕੁਝ ਵੀ ਵੇਚਣਾ ਪਵੇ ਜਦੋਂ ਤੁਹਾਡੇ ਤੇ ਸੰਕਟ ਪਿਆ ਹੋਇਆ ਨਾ ਤੁਸੀਂ ਇਹ ਕਹਿੰਦੇ ਵੀ ਯਾਰ ਮੈਂ ਆਪਦੇ ਸਰੀਰ ਦੇ ਅੰਗ ਵੀ ਵੇਚ ਦਿਆਂ ਮੈਂ ਆਪਣੀ ਭੈਣ ਨੂੰ ਦੋਸਤ ਨੂੰ ਮਾਂ ਨੂੰ ਬਾਪ ਨੂੰ ਭਰਾ ਨੂੰ ਕਿਸੇ ਬਚਾਉਣਾ ਹੀ ਬਚਾਉਣਾ ਤੇ ਉਸ ਤੋਂ ਬਾਅਦ ਵੀ ਜੇਕਰ ਇੰਨੇ ਪੈਸੇ ਲੈ ਕੇ ਬੰਦਾ ਇਦਾਂ ਤੁਰ ਜਾਂਦਾ ਚਲੋ ਤੁਰ ਤਾ ਇੱਕ ਦਿਨ ਸਾਰਿਆਂ ਨੂੰ ਜਾਣਾ ਪਰ ਸਰੀਰ ਦੇ ਵਿੱਚੋਂ ਇਦਾਂ ਦੀਆਂ ਚੀਜ਼ਾਂ ਨਿਕਲਣ ਤੇ ਬਾਅਦ ਦੇ ਵਿੱਚ ਕੋਈ ਮੰਨੇ ਨਾ ਤੇ ਸਾਰੀ ਉਮਰ ਬੰਦੇ ਦੇ ਮਨ ਦੇ ਉੱਤੇ ਬੋਝ ਰਹਿੰਦਾ ਵੀ ਯਾਰ ਜੇਕਰ ਡਾਕਟਰ ਨੇ ਆਹ ਕੁਝ ਨਾ ਨਾ ਕੀਤਾ ਹੁੰਦਾ ਸਾਡਾ ਜੀ ਅੱਜ ਸਾਡੇ ਵਿੱਚ ਹੋਣਾ ਸੀਗਾ ਬਿਲਕੁਲ ਸਹੀ ਚੰਚ ਦਾ ਵਿਚਾਰ ਲੋ ਜੀ ਵਕਫੇ ਤੋਂ ਬਾਅਦ ਅਖਬਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ ਹੁਣ ਅੱਗੇ ਵਧੀਏ ਤੁਹਾਡੀ ਸਰਗਰਮੀ ਘਟ ਰਹੀ ਹੈ ਅੱਜਕੱਲ ਨਹੀਂ ਥੋੜਾ ਜਿਹਾ ਨਿਠ ਕੇ ਤੁਸੀਂ ਮੈਨੂੰ ਬੋਲਣ ਹੀ ਨਹੀਂ ਦਿੰਦੇ ਇਹ ਵੀ ਗੱਲ ਆ ਜੀ ਅੱਛਾ ਇਹ ਵੀ ਗੱਲ ਆ ਇਹ ਹੀ ਗੱਲ ਆ ਇਹ ਤੁਹਾਨੂੰ ਐਉਂ ਨਹੀਂ ਲੱਗਦਾ ਵੀ ਤੁਸੀਂ ਗੱਲ ਨੂੰ ਗੋਲ ਕਰਤਾ ਨਹੀਂ ਮੈਂ ਤਾਂ ਸਾਡੇ ਤੇ ਸੀਪ ਲਾਈ ਆ ਅੱਛਾ ਸੀਪ ਲਾਈ ਆ ਹਾਂ ਨਾਜਰਾ ਲਾ ਸੀਪ ਦੀ ਬਾਜੀ ਸੱਥਾ ਖਾਲੀ ਹੋ ਚਲੀਆਂ ਆਪਾਂ ਨਹੀਂ ਹੋਣ ਦੇਵੀਆਂ ਹਾਂ ਜੀ ਠੀਕ ਆ ਚਲੋ ਕੋਈ ਗੱਲ ਨਹੀਂ ਡੈਣਾ ਸਭ ਥੋੜਾ ਜਿਹਾ ਹਾਸਾ ਮਖੌਲ ਵੀ ਹੋਣਾ ਚਾਹੀਦਾ ਹੈ ਤਾਂ ਹੀ ਥੋੜਾ ਜਿਹਾ ਦਿਮਾਗ ਦੇ ਉੱਪਰ ਉਹ ਜਿਹੜਾ ਇੱਕ ਪ੍ਰੈਸ਼ਰ ਜ ਹੈ ਇੱਕ ਤਣਾਅ ਜ ਹੈ ਬਣਿਆ ਹੋਇਆ ਉਹ ਤਾਂ ਹੀ ਘਟੂਗਾ ਹੈਨਾ ਤੇ ਆਪਾਂ ਅਗਲੀਆਂ ਖਬਰਾਂ ਵੱਲ ਵਧੀਏ ਹੁਣ ਕਾਂਗਰਸ ਦੀ ਗੱਲ ਕਰਦੇ ਹਾਂ ਉਹਦੀ ਕੀ ਕਰਨੀ ਹੈ ਦੇਖੋ ਇਸ ਵੇਲੇ ਨਾ ਗੱਲਾਂ ਹੀ ਤਿੰਨ ਚਾਰ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਇੱਕ ਤਾਂ ਕੋਰੋਨਾ ਦੂਜਾ ਟੀਕਾਕਰਨ ਤੇ ਤੀਜਾ ਕੈਪਟਨ ਸਾਹਿਬ ਤੇ ਚੌਥਾ ਕਾਂਗਰਸ ਦਾ ਕਲੇਸ਼ ਦੇਖੋ ਕਾਂਗਰਸ ਹਨ ਜਿਹੜੀ ਉਹ ਪੂਰੇ ਭਾਰਤ ਦੇ ਵਿੱਚ ਛਾਈ ਹੋਈ ਆ ਇੱਕ ਅੱਧਾ ਸੂਬਾ ਹੱਥ ਦੇ ਵਿੱਚੋਂ ਨਿਕਲ ਜੂਗਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਟਾਣਾ ਸਾਹਿਬ ਹੈ ਹੀ ਇੱਕ ਅੱਧਾ ਸੂਬਾ ਹੱਥ 'ਚ ਉਹ ਨਹੀਂ ਨਾ ਸਮਝਦੇ ਉਹ ਤਾਂ ਇਉਂ ਸੋਚਦੇ ਬਈ ਅਸੀਂ ਛਾ ਹੀ ਜਾਂਦੇ ਆ ਨਹੀਂ ਪਰ ਉਹ ਇਸ ਵੇਲੇ ਤਾਂ ਪੂਰਨ ਤੌਰ ਤੇ ਛਾਰੇ ਨੇ ਪੰਜਾਬ ਦੇ ਵਿੱਚ ਤਾਂ ਪੰਜ ਸੂਬਿਆਂ ਦੇ ਵਿੱਚ ਤੋਣਾ ਹੋਈਆਂ ਹੁਣੇ-ਹੁਣੇ ਇੱਕ ਸੂਬੇ ਦੇ ਵਿੱਚ ਸਰਕਾਰ ਮਸਾ ਹੀ ਬਣੀ ਆ ਉਹ ਵੀ ਜੇਕਰ ਸਟਾਲਿਨ ਦੇ ਨਾਲ ਦੋਸਤੀ ਨਾ ਹੁੰਦੀ ਤਾਮਿਲਨਾਡੂ ਚ ਤੇ ਉਧਰੋਂ ਗਏ ਸੀ ਰਾਹੁਲ ਗਾਂਧੀ ਹੋਰਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਭਾਈ ਮੈਂ ਜਿਹੜੇ ਸੂਬੇ ਤੋਂ ਸੰਸਦ ਮੈਂਬਰ ਆ ਵਾਇਨਾਡ ਤੋਂ ਕੇਰਲ ਤੋਂ ਤੇ ਉਧਰਲੇ ਪਾਸੇ ਵੀ ਜੇਕਰ ਮੇਰੇ ਹੱਥ ਦੇ ਵਿੱਚ ਕੁਝ ਸੀਟਾ ਰਹਿ ਜਾਂਦੀਆਂ ਤਾਂ ਮੇਰੀ ਸਤਕਾਰ ਬਚਿਆ ਰਹੂਗਾ ਇੱਜ਼ਤ ਬਚੀ ਰਹੂਗੀ ਹਾਲੇ ਵੀ ਉਹ ਪੰਜਾਬ ਦੇ ਵਿੱਚ ਬਸ ਜੁੰਡੋ ਜੁੰਡੀ ਹੋਈ ਜਾਂਦੇ ਕਈ ਨੇਤਾ ਤੇ ਉਹ ਬੋਲਦਾ ਹੀ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਸਾਡੇ ਬੋਲਣ ਨਾਲ ਵੀ ਕਿਹੜਾ ਫਰਕ ਪੈਣਾ ਉਹ ਮੰਥਨ ਕਰ ਰਿਹਾ ਵੀ ਅਸੀਂ ਹਾਰੇ ਕਿਉਂ ਉਧਰ ਜ਼ਿਆਦਾ ਰੁੱਝ ਗਏ ਉਹ ਮੰਥਨ ਕਰੀ ਜਾਓ ਚਿੰਤਨ ਕਰੀ ਜਾਓ ਇਧਰਲੇ ਪਾਸੇ ਕੰਗਾ ਹੋ ਜਾਣਾ ਬਿਲਕੁਲ ਸਹੀ ਗੱਲ ਹੈ ਤੇ ਕੰਗਾ ਹੋਣ ਕੰਢੀ ਹੈ ਪਾਵੇ ਹੁਣ ਕੈਪਟਨ ਸਾਹਿਬ ਵਾਲੀ ਸਿਆਸਤ ਦੇ ਹਿਲਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕੈਪਟਨ ਸਾਹਿਬ ਆਪ ਦੇ ਕਿਸ ਸਾਰੇ ਮੰਤਰੀਆਂ ਨੂੰ ਵੀ ਝੂਠਾ ਮੰਨ ਲੈਣ ਉਹ ਸਾਰੇ ਜਿਹੜੇ ਰਾਜ ਸਭਾ ਦੇ ਤੇ ਲੋਕ ਸਭਾ ਦੇ ਮੈਂਬਰ ਆ ਆਪਦੀ ਪਾਰਟੀ ਦੇ ਉਹਨਾਂ ਨੂੰ ਵੀ ਗਲਤ ਮੰਨ ਲੈਣ ਉਹ ਸੱਚੀ ਮੁੱਚੀ ਰੱਬ ਨੂੰ ਜਾਣ ਦੇਣੀ ਆ ਉਹ ਆਪਦੀ ਇੱਕ ਟੀਮ ਬਣਾਉਣ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਨਿਰਪੱਖ ਤਰੀਕੇ ਦੇ ਨਾਲ ਉਹ ਟੀਮ ਸਰਵੇਖਣ ਕਰੇ ਜੀ ਜੇ 85% ਵਾਅਦੇ ਪੂਰੇ ਹੋ ਗਏ ਇਹ ਗੱਲ 85 ਲੋਕ ਕਹਿ ਦੇਣ ਤਾਂ ਫਿਰ ਉਹ ਕਹਿਣ ਵੀ ਸਾਰੇ ਇਹ ਮੰਤਰੀ ਸਾਰੇ ਜਿਹੜੇ ਮੇਰੇ ਆਲੇ-ਦੁਆਲੇ ਆ ਇਹ ਝੂਠੇ ਸੀਗੇ ਪਰ ਜੇਕਰ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ ਦੇ ਕਸਬਿਆਂ ਦੇ ਲੋਕਾਂ ਨੇ ਗੱਲ ਕਹੀ ਵੇ ਭਾਈ ਜੋ ਕੁਝ ਤੁਸੀਂ ਕਿਹਾ ਸੀ ਉਹ ਪੂਰਾ ਨਹੀਂ ਕੀਤਾ ਆ ਸਾਡੇ ਹੱਥ ਦੇ ਵਿੱਚ ਮੈਨੀਫੈਸਟ ਹੋਆ ਤਰਕ ਦੇ ਨਾਲ ਗੱਲ ਕਰਕੇ ਦਿਖਾਓ ਵੀ ਇਹਦੇ ਵਿੱਚ ਕਿਹੜੀ ਗੱਲ ਸਹੀ ਆ ਤੇ ਕਿਹੜੀ ਗੱਲ ਤੁਸੀਂ ਸੱਚੀ ਸਾਬਤ ਕਰਕੇ ਦਿਖਾਈ ਆ ਫੇਰ ਤਾਂ ਗੱਲ ਮੰਨ ਲੈਣ ਜਿਹੜੀਆਂ ਗੱਲਾਂ ਅੱਜ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਹੋਰ ਜਿਹੜੇ ਆ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸੀ ਕਰਨੇ ਚਰਨਜੀਤ ਚੰਨੀ ਹੋਰੀ ਕਰਦੇ ਆ ਇਹ ਹੀ ਗੱਲਾਂ ਪੰਜਾਬ ਦੀ ਹਰ ਹੱਟੀ ਪੱਠੀ ਤੇ ਹੁੰਦੀਆਂ ਤੇ ਇਹ ਹੀ ਗੱਲਾਂ ਲੋਕ ਕਹਿੰਦੇ ਆ ਵੀ ਬੇਅਦਬੀ ਮਾਮਲੇ ਦੇ ਵਿੱਚ ਕੱਖ ਨਹੀਂ ਕੀਤਾ ਸਰਕਾਰ ਨੇ ਇਹ ਹੀ ਗੱਲ ਕਹਿੰਦੇ ਵੀ ਲੱਕ ਟੁੱਟਿਆ ਨੀ ਨਛੇਦਾ ਇਹ ਗੱਲਾਂ ਹੀ ਸਿਰਫ ਇਹੀ ਗੱਲ ਕਹਿੰਦੇ ਵੀ ਰੇਤ ਦੀ ਮਾਈਨਿੰਗ ਕਿਤੇ ਨਹੀਂ ਰੁਕੀ ਇਹੀ ਗੱਲ ਕਹਿੰਦੇ ਮਹਿੰਗਾਈ ਨੇ ਚੀਕੜਾਈ ਪਈ ਆ ਇਹੀ ਗੱਲ ਕਹਿੰਦੇ ਵੀ ਭਾਈ ਘਰ ਘਰ ਰੋਜ਼ਗਾਰ ਹੈ ਕਿੱਥੇ ਤੁਹਾਡੇ ਪਿੰਡ ਦੇ ਵਿੱਚ ਕਿਹਨੇ ਰੋਜ਼ਗਾਰ ਮਿਲਿਆ ਮੈਨੂੰ ਥੋੜੇ ਪੂਰੇ ਪਿੰਡ ਚ ਰਟਾਣਾ ਸਾਹਿਬ ਮੈਨੂੰ ਨੀਵੇ ਸਾਡੇ ਪਿੰਡ ਦੇ ਵਿੱਚ ਤਾਂ ਜਿਹੜਾ ਉਹ ਜਿਹੜੇ ਮੇਲੇ ਮੂਲੇ ਲਾਏ ਇਹਨਾਂ ਨੇ ਉਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਸਾਡੇ ਤਾਂ ਕੋਈ ਮੇਲਾ ਵੀ ਨਹੀਂ ਲਾਇਆ ਮੇਲਾ ਹੁਣ ਤੁਹਾਡੇ ਉਹ ਸਲੀਮ ਸਾਦ ਲੈਂਦੇ ਹੋ ਉਹ ਮੇਰੇ ਕਹਿਣ ਦਾ ਮਤਲਬ ਹੈ ਰੋਜ਼ਗਾਰ ਮੇਲਾ ਕੋਈ ਨਹੀਂ ਆਇਆ ਇਹ ਵੈਸੇ ਤਾਂ ਪਹਿਲੀ ਵਾਰ ਹੋਇਆ ਵੀ ਰੋਜ਼ਗਾਰ ਦੇ ਵੀ ਮੇਲੇ ਲਾਉਣੇ ਆ ਪਰ ਉੱਥੇ ਬੰਦਾ ਜਾਂਦਾ ਸੀ ਪੀ ਐਚ ਡੀ ਕੀਤੇ ਵਾਲਾ ਉਹ ਕਹਿੰਦੇ ਸੀ 9000 ਤੇ ਨੌਕਰੀ ਕਰਨੀ ਆ ਹੁਣ ਪੀ ਐਚ ਡੀ ਕਰਕੇ ਜਿਹਦੀ ਉਮਰ 35 38 ਸਾਲ ਦੀ ਹੋ ਗਈ ਆ ਉਹ 8000 ਤੇ 9000 ਤੇ ਨੌਕਰੀ ਕਰੂਗਾ ਕਿ ਯੋਗਤਾ ਮੁਤਾਬਕ ਨੌਕਰੀ ਮੰਗੂਗਾ ਨਹੀਂ ਨਹੀਂ ਤੁਹਾਨੂੰ ਚੇਤਾ ਨਹੀਂ ਦਿਨਾ ਸਾਬੂਦੋ ਖਬਰਾਂ ਆਈਆਂ ਤਾਂ ਸੀ ਵੀ ਜਿਹੜੇ ਰੋਜ਼ਗਾਰ ਮੇਲੇਾਂ 'ਚ ਜਾਂਦੇ ਸੀ ਨੌਜਵਾਨ ਪੜ੍ਹੇ ਲਿਖੇ ਨੌਜਵਾਨ ਉਹਨਾਂ ਨੂੰ ਕਿਹਾ ਜਾਂਦਾ ਸੀ ਆ ਸਿਮ ਵੇਚ ਲਓ ਆ ਤੁਸੀਂ ਇੰਸ਼ੋਰੈਂਸਾਂ ਵੇਚ ਲਓ ਆ ਤੁਸੀਂ ਦਿਹਾੜੀ ਤੇ ਐ ਕਰ ਲਓ ਤੇ ਕੀ ਉਹ ਇੰਨਾ ਪੜ੍ਹ ਲਿਖ ਕੇ ਤੇ ਇਹ ਸਾਰਾ ਕੁਝ ਕਰਨਗੇ ਪੰਜਾਬ ਦਾ ਕੋਈ ਵੀ ਇੱਕ ਬੇਰੋਜ਼ਗਾਰ ਨੌਜਵਾਨ ਇੰਜੀਨੀਅਰ ਰੋਜ਼ਗਾਰ ਦਫ਼ਤਰ ਦੇ ਵਿੱਚ ਆਪਣਾ ਨਾਮ ਵੀ ਦਾਖਲ ਕਰਵਾਇਆ ਇੱਥੇ ਕਮੈਂਟਾਂ ਦੇ ਵਿੱਚ ਟਿੱਪਣੀਆਂ ਦੇ ਵਿੱਚ ਦੱਸ ਦੇਵੇ ਉਹਨੂੰ 2 ਰੁਪਏ ਵੀ ਸਾਢੇ 4 ਸਾਲਾਂ ਦੇ ਵਿੱਚ ਮਿਲੇ ਆ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਲੋਕਾਂ ਨੂੰ ਫਿਰਜ਼ਗਾਰਾਂ ਨੂੰ ਨੌਕਰੀ ਮਿਲੀ ਆ ਇਹਦੇ ਬਾਬਤ ਇਹਨਾਂ ਟਿੱਪਣੀਆਂ ਦੇ ਵਿੱਚ ਦੱਸ ਦਿਓ ਮਤਲਬ ਮਿਲਿਆ ਕੁਝ ਨਹੀਂ ਗਾ ਬਿਲਕੁਲ ਅਸੀਂ ਅਖਬਾਰਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਗੱਲਾਂ ਕੀਤੀਆਂ ਤੇ ਹੁਣ ਨਵਜੋਤ ਸਿੰਘ ਸਿੱਧੂ ਨਿਤ ਵਾਣੀ ਪਾਈ ਫਿਰਦੇ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਤਾਂ ਇਉਂ ਹੀ ਕਰਾਂਗੇ ਅਸੀਂ ਸੱਚ ਦੀ ਗੱਲ ਕਰਦੇ ਆ ਮੈਨੂੰ ਕੱਲ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਇੱਕ ਗੱਲ ਬੜੀ ਚੰਗੀ ਲੱਗੀ ਕੀ ਜੀ ਉਹ ਕਹਿੰਦੇ ਵੀ ਦੇਖੋ ਅਸੀਂ ਚੰਨੀ ਦੇ ਘਰ ਦੇ ਵਿੱਚ ਮੀਟਿੰਗਾਂ ਕੀਤੀਆਂ ਮੈਂ ਕਿਹੜਾ ਮੁਕਰਦਾ ਹੂੰ ਕੀਤੀਆਂ ਅਸੀਂ ਅਕਾਲੀਆਂ ਨਾਲ ਮੀਟਿੰਗਾਂ ਥੋੜੀ ਕੀਤੀਆਂ ਅਸੀਂ ਭਾਜਪਾ ਦੇ ਆਗੂਆਂ ਨਾਲ ਕੀਤੀਆਂ ਅਸੀਂ ਆਪ ਵਾਲਿਆਂ ਨਾਲ ਕੀਤੀਆਂ ਅਸੀਂ ਬਸਪਾ ਚ ਜਾ ਕੇ ਮਿਲ ਗਏ ਆਪ ਦੀ ਪਾਰਟੀ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਤੇ ਅਸੀਂ ਆਪਦੀ ਪਾਰਟੀ ਨੂੰ ਬਿਹਤਰ ਬਣਾਉਣ ਦੇ ਲਈ ਮੀਟਿੰਗਾਂ ਕਰਦੇ ਆ ਜੀ ਅਸੀਂ ਅਗਲੀ ਵਾਰ ਸਰਕਾਰ ਬਣਾਉਣ ਦੇ ਇੱਛਕਾਂ ਇਸ ਕਰਕੇ ਮੀਟਿੰਗਾਂ ਕਰਦੇ ਆ ਸਾਡੀ ਸਰਕਾਰ ਦੇ ਵੱਲੋਂ ਸਾਡੇ ਮਿੱਤਰਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਕਦੇ ਵਿਜੀਲੈਂਸ ਦਾ ਦਾਬਾ ਕਦੇ ਪੁਰਾਣੀਆਂ ਢਾਈ ਤਿੰਨ ਸਾਲ ਪੁਰਾਣੀਆਂ ਫਾਈਲਾਂ ਕੱਢ ਲਓ ਕਦੇ ਪ੍ਰਗਟ ਸਿੰਘ ਨੂੰ ਧਮਕੀ ਦੀ ਗੱਲ ਇਹਨਾਂ ਗੱਲਾਂ ਦੇ ਕਰਕੇ ਅਸੀਂ ਚਿੰਤਾਤਾ ਅਸੀਂ ਕਾਂਗਰਸ ਨੂੰ ਬਚਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਮੈਨੂੰ ਗ੍ਰਿਫਤਾਰ ਕਰ ਲਓ ਚਲੋ ਮੇਰੇ ਆਓ ਇੱਥੇ ਜਾਂਚ ਪੜਤਾਲ ਕਰਨ ਮੈਂ ਮੂਰੇ ਖੜਾ ਮੈਨੂੰ ਅੰਦਰ ਦੇ ਦਿਓ ਸੋ ਕਹਿੰਦਾ ਭਾਬੇ ਇਹ ਆ ਵੀ ਕੈਪਟਨ ਸਾਹਿਬ ਦੀ ਕੁਰਸੀ ਦੇ ਪਾਵੇ ਤਾਂ ਹਾਲ ਦੀ ਕੜੀ ਹਿੱਲੇ ਪਏ ਆ ਇਹ ਵਕਤ ਦੱਸੂਗਾ ਬਣਦਾ ਕੀ ਆ ਪਰ ਕਾਂਗਰਸ ਹਾਈ ਕਮਾਂਡ ਚੁੱਪ ਜੀ ਕੀਤੀ ਬੈਠੀ ਆ ਜਿਵੇਂ ਨਾ ਬਿੱਲੀ ਨੂੰ ਵੇਖ ਕੇ ਕਬੂਤਰ ਐਂਜੇ ਕਰਕੇ ਬਹਿ ਜਾਂਦਾ ਐਂਜੇ ਐ ਹਮ ਜੱਜ ਦਾ ਵਿਚਾਰ ਹਰਮਨਜੀਤ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈਗਾ ਨਸ਼ਹਿਰਾ ਉਸ ਪਿੰਡ ਦੇ ਵਿੱਚੋਂ ਇੱਕ ਬੜੀ ਦੁਖਦਾਈ ਖਬਰ ਆਈ ਆ ਉੱਥੇ ਵੀ ਬਿਲਕੁਲ ਓਵੇਂ ਇੱਕ ਵਿਅਕਤੀ ਦਾ ਹੱਥ ਵੱਡ ਕੇ ਸੁੱਟਿਆ ਪਿਆ ਗੁੱਟ ਵੱਡ ਕੇ ਸੁੱਟਿਆ ਪਿਆ ਜਿਵੇਂ ਕਿਸੇ ਵੇਲੇ ਪੁਲਿਸ ਤਰਮਚਾਰੀ ਹਰਜੀਤ ਸਿੰਘ ਦਾ ਸੁੱਟਿਆ ਪਿਆ ਸੀ ਜੀ ਉਦੋਂ ਸਭ ਨੇ ਇਹ ਗੱਲ ਕਹੀ ਕਿ ਮੈਂ ਵੀ ਹਾਂ ਹਰਜੀਤ ਸਿੰਘ ਹੁਣ ਵੀ ਕਹੋ ਮੈਂ ਵੀ ਹਾਂ ਬੈਂਕ ਕਰਮਚਾਰੀ ਹੂੰ ਮੈਂ ਵੀ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਲੈਣ ਗਿਆ ਸੀ ਮੇਰਾ ਵੀ ਹੱਥ ਓਵੇਂ ਵੱਡਿਆ ਗਿਆ ਜਿਵੇਂ ਕਿ ਉਦੋਂ ਵੱਡਿਆ ਗਿਆ ਸੀ ਪਰ ਕਿਉਂਕਿ ਉਹ ਸਰਕਾਰੀ ਮੁਲਾਜ਼ਮ ਸੀ ਤੇ ਮੈਂ ਹੈਗਾ ਦਿਹਾੜੀਦਾਰ ਬੰਦਾ ਇਸ ਕਰਕੇ ਮੇਰੇ ਹੱਥ ਦੀ ਪ੍ਰਵਾਹ ਕਿਨੂ ਆ ਜੀ ਉਹ ਤਾਂ ਪੀਜੀਆਈ ਦੇ ਵਿੱਚ ਸਿਕੰਟਾਂ ਦੇ ਵਿੱਚ ਸਾਰਾ ਮਸਲਾ ਹੱਲ ਹੋ ਗਿਆ ਪਰ ਇਹ ਤਾਂ ਮਾਥੜ ਬੰਦਾ ਇਹਨੂੰ ਡਾਕਟਰਾਂ ਨੇ ਇਹ ਗੱਲ ਕਹੀ ਹੈ ਵੀ ਹੱਥ ਭਾਈ ਭਾਵੇਂ ਤਰਾ ਜੋੜਤਾ ਪਰ 15-20 ਦਿਨਾਂ ਬਾਅਦ ਪਤਾ ਲੱਗੂਗਾ ਵੀ ਚੱਲਦਾ ਕਿ ਨਹੀਂ ਇਹ ਕੰਮ ਕਰਦਾ ਕਿ ਨਹੀਂ ਇਸ ਬੈਗ ਦੇ ਵਿੱਚ ਸਿਰਫ 1500 ਰੁਪਏ ਸੀ ਜਿੱਦੀ ਖਾਤਰ ਇਹਦੇ ਨਾਲ ਆ ਕੁਝ ਹੋਇਆ ਤਸਵੀਰਾਂ ਮੈਂ ਵੇਖੀਆਂ ਕਿ मतलब मैं सोच रही थी उस बंदे ਦੇ ਉੱਪਰ ਉਸ ਵੇਲੇ ਕੀ ਬੀਤਰੀ ਹੋਊਗੀ ਜਿਹੜਾ ਆਪਣੀ ਬਾਹ ਫੜ ਕੇ ਬੈਠੇ ਤੇ ਥੱਲੇ ਹੱਥ ਡਿਗਿਆ ਹੋਇਆ ਉਹਦਾ ਕੱਟ ਕੇ ਤੁਸੀਂ ਸੋਚੋ ਵੀ ਉਹਦੀ ਮਾਨਸਿਕਤਾ ਦੇ ਉੱਪਰ ਕੀ ਅਸਰ ਹੋਇਆ ਹੋਏਗਾ ਔਰ ਇਹ मतलब ਜਿਹੋ ਜਿਹੀਆਂ ਖਬਰਾਂ ਪੰਜਾਬ ਦੇ ਵਿੱਚੋਂ ਆਉਣ ਲੱਗ ਗਈਆਂ ਵਾਕਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਟਣਾ ਸਾਹਿਬ ਕਿ ਕੀ ਲੋਕ ਆਪਣੇ ਘਰਾਂ ਤੋਂ ਬਾਹਰ ਹੁਣ ਨਿਕਲ ਵੀ ਨਹੀਂ ਸਕਦੇ ਕਿ ਦਿਹਾੜੀ ਵੀ ਨਹੀਂ ਲਾ ਸਕਦੇ ਕਿ ਕੰਮ ਤੇ ਵੀ ਨਹੀਂ ਜਾ ਸਕਦੇ ਕਿ ਇਸ ਤਰੀਕੇ ਦੇ ਤੱਕੇ ਹੋਣਗੇ ਹੁਣ ਲੋਕਾਂ ਦੇ ਨਾਲ ਇਸ ਬੰਦੇ ਦਾ ਕਸੂਰ ਕੋਈ ਨਹੀਂ ਕਿਉਂਕਿ ਜਿਹੜੇ ਬੰਦੇ ਨੇ ਕਰਜ਼ਾ ਲਿਆ ਹੁੰਦਾ ਤੇ ਉਹ ਸਬੰਧਤ ਕੰਪਨੀਆਂ ਸਬੰਧਤ ਬੈਂਕ ਆ ਜਿਹੜੀ ਉਹ ਉਹਦੀ ਕਿਸ਼ਤ ਵਸੂਲਦੀ ਆ ਇਹ ਬੰਦਾ ਗਿਆ ਸੀ ਬੈਂਕ ਦੇ ਕਰਜ਼ੇ ਦੀ ਵਸੂਲੀ ਕਰਨ ਦੇ ਲਈ ਵੀ ਕਿਸ਼ਤ ਲੈਣ ਦੇ ਲਈ ਉਥੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਇੱਕ ਬੰਦੇ ਨੇ ਤਲਵਾਰ ਦੇ ਨਾਲ ਇਹਦਾ ਗੁੱਟ ਵੜਤਾ ਤੇ ਦੁੱਖ ਮੈਨੂੰ ਇਸ ਗੱਲ ਕਰਕੇ ਬੜਾ ਹੋਇਆ ਦੋ ਗੱਲਾਂ ਕਰਕੇ ਦੁੱਖਾ ਇੱਕ ਤਾਂ ਨਿਹੰਗ ਸਿੰਘ ਜਥੇਬੰਦਗਾਂ ਦੇ ਵੱਲੋਂ ਇਸ ਮਾਮਲੇ ਤੇ ਟਿੱਪਣੀ ਨਹੀਂ ਕੀਤੀ ਗਈ ਹੋ ਸਕਦਾ ਵੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਬਦਨਾਮ ਕਰਨ ਵਾਲੇ ਲੋਕ ਵੀ ਕਈ ਹੈਗੇ ਆ ਇਹ ਉਹੋ ਜਿਹਾ ਹੋਵੇ ਪਰ ਨਿਹੰਗ ਸਿੰਘ ਜਥੇਬੰਦਗਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਵੀ ਸਾਡਾ ਇਹੋ ਜਿਹੇ ਲੋਕਾਂ ਨਾਲ ਕੋਈ ਸਬੰਧ ਨਹੀਂ ਅਸੀਂ ਵੱਢ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹੋ ਜਿਹੇ ਬੰਦਿਆਂ ਨੂੰ ਇਹਦੀ ਮੰਗ ਕਰਦੇ ਆ ਤੇ ਦੂਜੀ ਗੱਲ ਇਹ ਆ ਵੀ ਉਹਦੇ ਜਦੋਂ ਹੱਥ ਵੱਡੇ ਪਿਆ ਸੀ ਨਾ ਕਿਸੇ ਨੇ ਮਦਦ ਨਹੀਂ ਕੀਤੀ ਉਹਦੀ ਲੋਕ ਵੀਡੀਓ ਬਣਾਉਂਦੇ ਰਹੇ ਵੀ ਆ ਦੇਖੋ ਵੀ ਹੱਥ ਵੱਡਿਆ ਪਿਆ ਹੱਥ ਡਿੱਗਿਆ ਪਿਆ ਹੁਣੇ-ਹੁਣੇ ਮੋਟਰਸਾਈਕਲ ਦੇ ਉੱਤੇ ਫਰਾਰ ਹੋ ਗਏ ਆ ਵੀ ਆਪਾਂ ਕਿਹੜੀ ਸ਼ੇਅਰ ਲਾਈਕ ਕਮੈਂਟ ਦੇ ਚੱਕਰ ਦੇ ਵਿੱਚ ਪਏ ਆ ਬੰਦੇ ਦੇ ਅੰਗ ਦਾ ਸਵਾਲ ਆ ਤੇ ਆਪਾਂ ਕਿਹੜੇ ਡਰਾਮੇ ਚ ਲੱਗੇ ਆ ਜੀ ਔਰ ਸਭ ਤੋਂ ਵੱਡੀ ਚੀਜ਼ ਇਹ ਆ ਟੈਣਾ ਸਾਹਿਬ ਡਾਕਟਰਾਂ ਦਾ ਵੀ ਇਹ ਕਹਿਣਾ ਕਿ ਜਦੋਂ ਤੱਕ ਉਹ ਡਾਕਟਰ ਦੇ ਕੋਲ ਪਹੁੰਚਿਆ ਉਦੋਂ ਤੱਕ ਖੂਨ ਬਹੁਤ ਜ਼ਿਆਦਾ ਵਗ ਚੁੱਕਿਆ ਸੀ ਜਿਹਦੇ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਹੱਥ ਤਾਂ ਜੋੜ ਦਿੱਤਾ ਪਰ ਹੁਣ 15-20 ਦਿਨਾਂ ਬਾਅਦ ਪਤਾ ਲੱਗੂਗਾ ਕਿ ਹੱਥ ਜਿਹੜਾ ਵਾਕਈ ਕੰਮ ਕਰ ਸਕਦਾ ਹੈ ਜਾਂ ਨਹੀਂ ਸੋ ਦੇਖੋ ਇੱਕ ਬੰਦੇ ਦੀ ਜਾਨ ਤੇ ਬਣੀ ਹੋਈ ਹੈ ਤੇ ਸਾਨੂੰ ਵਿਊ ਲਾਈਕਸ ਦੀ ਪਈ ਆ ਅਸੀਂ ਕਮੈਂਟਸ ਭਾਲਦੇ ਆ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਤੇਜ਼ ਖਬਰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਕਿ ਸਭ ਤੋਂ ਪਹਿਲਾਂ ਇਹਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਉਸ ਤੋਂ ਬਾਅਦ ਵਿੱਚ ਕੁਝ ਵੀ ਹੋ ਸਕਦਾ ਪਰ ਹਰ ਕੋਈ ਆਪਣੀ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਹਰ ਕੋਈ ਨਾ ਮਦਮਸਤ ਹੋਇਆ ਪਿਆ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਚੱਲ ਕਿ ਰਿਹਾ ਇਸ ਇਸ ਵੇਲੇ ਹਨਾ ਸੰਵੇਦਨਸ਼ੀਲ ਲੋਕਾਂ ਦੀ ਗਿਣਤੀ ਘਟ ਗਈ ਹੈ ਭਾਰਤ ਦੇ ਵਿੱਚ ਇਹ ਧਰਤੀ ਦੇ ਉੱਤੇ ਨਾ ਇਕੱਲੇ ਕਲਬੂਤ ਤੁਰੇ ਫਿਰਦੇ ਆ ਇਹ ਬਸ ਸਰੀਰੀ ਦਿਖਦੇ ਰੋਬਟ ਆ ਇਹ ਹੂੰ ਕੋਈ ਬੰਦਾ ਮੂਰੇ ਮਰਦਾ ਹੋਵੇ ਕੋਈ ਕੁਛ ਵੀ ਤੜਫਦਾ ਹੋਵੇ ਆਪਾਂ ਤਾਂ ਬਸ ਹੂੰ ਕਰਕੇ ਮੋਟਰਸਾਈਕਲ ਦੀ ਰੇਸ ਦੇਖ ਕੇ ਤੇ ਨਿਕਲਣ ਦੀ ਕਰਦੇ ਆਇਆ ਕਰਕੇ ਆਪਾਂ ਇਹ ਵੀ ਨਹੀਂ ਦੇਖਦੇ ਕਿ ਇੱਥੇ ਹੋ ਕੀ ਗਿਆ ਤੇ ਕਿਤੇ ਮੇਰੀ ਲੋੜ ਤਾਂ ਨਹੀਂ ਆਪਾਂ ਇਹੋ ਜੇ ਬਣੇ ਪਏ ਉਦਾਂ ਜਾ ਕੇ ਬਾਅਦ ਦੇ ਵਿੱਚ ਉਹ ਭਾਈ ਰਾਹ ਦੇ ਵਿੱਚ ਇੱਕ ਦ੍ਰਿਸ਼ ਦੇਖਿਆ ਮਨ ਬੜਾ ਦੁਖੀ ਹੋਇਆ ਪਤਾ ਨਹੀਂ ਲੱਗਦਾ ਬੰਦੇ ਦਾ ਸੈਕਿੰਡ ਦੇ ਵਿੱਚ ਓਹ ਹੋ ਜਾਂਦਾ ਸੜਕਾਂ ਤੇ ਹਾਦਸੇ ਬੜੇ ਹੋ ਜਾਂਦੇ ਆ ਵੀ ਕਦੇ ਮਾੜੇ ਮੋٹے ਆਪਾਂ ਲੀੜੇ ਨਾ ਖਰਾਬ ਹੋ ਜਾਣ ਇਸ ਗੱਲ ਤੋਂ ਡਰ ਮੁਕਤ ਵੀ ਹੋਈਏ ਪਰ ਗੱਲ ਇਹ ਆ ਨਾ ਟਾਣਾ ਸਾਹਿਬ ਲੋਕ ਵੀ ਕੀ ਕਰਨ ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਲੋਕ ਇਸ ਗੱਲ ਤੋਂ ਵੀ ਡਰਦੇ ਨੇ ਕਿ ਜੇ ਕਿਤੇ ਪੁਲਿਸ ਵਾਲੇ ਆ ਗਏ ਜਾਂ ਅਸੀਂ ਸਦਲੇ ਤਾਂ ਸਭ ਤੋਂ ਪਹਿਲਾਂ ਅਸੀਂ ਫਸਾਂਗੇ ਜੇਕਰ ਕਿਸੇ ਦੀ ਮਦਦ ਕਰਦੇ ਹਾਂ ਸਭ ਤੋਂ ਪਹਿਲਾਂ ਸ਼ਿਕੰਜਾ ਹੀ ਸਾਡੇ ਤੇ ਕੱਸਿਆ ਜਾਊਗਾ ਅਕਾਲੀ ਮੈਨੂੰ ਕਿਸੇ ਜਾਣਕਾਰ ਨੇ ਦੱਸਿਆ ਉਹ ਕਹਿੰਦੇ ਕਿ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਇੱਕ ਦੁਰਘਟਨਾ ਹੋਈ ਹੋਈ ਸੀ ਜਿਸ ਤੋਂ ਬਾਅਦ ਵਿੱਚ ਜਿਹੜਾ ਹੈਲਪਲਾਈਨ ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਮੈਂ ਉਹਦੇ ਉੱਪਰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਇੱਧਰ ਦਾ ਬੰਦਾ ਡਿੱਗਿਆ ਹੋਇਆ ਜੀ ਐਮਬੂਲੈਂਸ ਭੇਜ ਦਿਓ ਜਿਸ ਤੋਂ ਬਾਅਦ ਕਹਿੰਦੇ ਵੀ ਉੱਥੋਂ ਦੁਬਾਰਾ ਫੋਨ ਆਇਆ ਉਹ ਕਹਿੰਦੇ ਜੀ ਅੱਛਾ ਤੁਸੀਂ ਕੌਣ ਹੋ ਤੁਸੀਂ ਕਿੱਥੇ ਵੇਖ ਤੁਸੀਂ ਕਿੱਥੋਂ ਆ ਰਹੇ ਸੀ ਉੱਥੋਂ ਕਿੰਨੇ ਕਿਲੋਮੀਟਰ ਬਣਦਾ ਹੈ ਇਹ ਹੈ ਉਹ ਹੈ ਇਦਾਂ ਦੀਆਂ ਗੱਲਾਂ ਕਰਦੇ ਰਹੇ ਉਸ ਤੋਂ ਬਾਅਦ ਵਿੱਚ ਉਹ ਬੰਦਾ ਕਹਿੰਦਾ ਮੈਂ ਅੱਧਾ ਘੰਟਾ ਉਡੀਕਦਾ ਰਿਹਾ ਕੋਈ ਐਂਬੂਲੈਂਸ ਨਹੀਂ ਆਈ ਮੈਨੂੰ ਇਹੋ ਜਿਹੇ ਸਵਾਲਾਂ ਦੇ ਲਈ ਫੋਨ ਆਉਂਦਾ ਰਿਹਾ ਹਾਰ ਕੇ ਮੈਂ ਇੱਕ ਔਟੋ ਰਿਕਸ਼ਾ ਕੀਤਾ ਉਹਦੇ 'ਚ ਬੰਦੇ ਨੂੰ ਪਾ ਕੇ ਹਸਪਤਾਲ ਪਹੁੰਚਾ ਦਿੱਤਾ ਤੇ ਬਾਅਦ ਵਿੱਚ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਂ ਘਰੇ ਗਿਆ ਤੇ ਫਿਰ ਉਹਨਾਂ ਦਾ ਫੋਨ ਆਇਆ ਜੀ ਕਿੱਥੇ ਹੋ ਤੁਸੀਂ ਤੇ ਕਹਿੰਦੇ ਮੈਂ ਉਹਨਾਂ ਨੂੰ ਸਿੱਧਾ ਹੀ ਕਿਹਾ ਵੀ ਮੈਂ ਹੁਣ ਤੁਹਾਨੂੰ ਕਿਉਂ ਦੱਸਾਂ ਵੀ ਮੈਂ ਕਿੱਥੇ ਆ ਮੈਂ ਬੰਦੇ ਨੂੰ ਹਸਪਤਾਲ ਪਹੁੰਚਾਉਣਾ ਸੀ ਮੈਂ ਪਹੁੰਚਾ ਦਿੱਤਾ ਤੁਹਾਡੀ ਐਂਬੂਲੈਂਸ ਇੰਨੀ ਦੇਰ ਤੱਕ ਉੱਥੇ ਆਈ ਨਹੀਂ ਤੇ ਮੈਂ ਕਿ ਬੰਦੇ ਦੇ ਮਰਨ ਦੀ ਉਡੀਕ ਕਰਦਾ ਆ ਆਹ ਹਾਂ ਲੈ ਲੋਕ ਇਸ ਲਈ ਵੀ ਮਦਦ ਦੇ ਲਈ ਅੱਗੇ ਨਹੀਂ ਆਉ ਜੱਜਦਾ ਵੀਚਾਰ ਹਰਮਨ ਜੀ ਕਈ ਲੋਕ ਨਾ ਬੜੀਆਂ ਪੁੱਠੀਆਂ ਸਿੱਧੀਆਂ ਕਲਾਵਾਂ ਦੇ ਮਾਲਕ ਹੁੰਦੇ ਆ ਕਈ ਬੰਦੇ ਸ਼ਬਦਾਂ ਨੂੰ ਪੁੱਠਾ ਕਰਕੇ ਬੋਲਣ ਦੇ ਵਿੱਚ ਸਮਰੱਥ ਹੁੰਦੇ ਆ ਹੂੰ ਉਹ ਜਿਵੇਂ ਨਾ ਕਈ ਬੰਦੇ ਤੇਜ਼ ਤੇਜ਼ ਇੰਨਾ ਬੋਲਦੇ ਆ ਵੀ ਭਾਈ ਪਤਾ ਨਹੀਂ ਲੱਗਦਾ ਵੀ ਕੀ ਕਹਿ ਗਏ ਆ ਓਵੇਂ ਕਈ ਲੋਕ ਸ਼ਬਦਾਂ ਨੂੰ ਉਲਟਾ ਕੇ ਬੋਲ ਦਿੰਦੇ ਆ ਤੇ ਉਹਨਾਂ ਦੇ ਉੱਤੇ ਵੀ ਹੈਰਾਨੀ ਹੁੰਦੀ ਆ ਆਹਾਂ ਜਿਵੇਂ ਹੈਲੋ ਕਹਿੰਦੇ ਆ ਓਲਾ ਇਹ ਵੀ ਕਹਿ ਦਿੰਦੇ ਕਈ ਬੰਦੇ ਅੱਛਾ ਜੀ ਮੈਂ ਨਹੀਂ ਕਹਿੰਦਾ ਹਾਂ ਇਹ ਨਾਰਥ ਕੈਰੋਲਿਨਾ ਦੇ ਵਿੱਚ ਇੱਕ ਬੰਦਾ ਆਏ ਹਾਏ ਉਹ ਹੈਗਾ ਵੈਸੇ ਗੋਰਾ ਬੰਦਾ ਹੂੰ ਉਹ ਹੈਗਾ ਐਡੀਟਰ ਕੀ ਹੋਇਆ ਨਹੀਂ ਆਹ ਕੀ ਗੱਲ ਸੀ ਉਹ ਹੈਗਾ ਵੈਸੇ ਗੋਰਾ ਬੰਦਾ ਇਹ ਇੱਕ ਹੀ ਗੱਲ ਸੀ ਟਾਲਾ ਸਾਹ ਜਿਹੜੇ ਗੋਰੇ ਹੁੰਦੇ ਆ ਨਾ ਉਹਨਾਂ ਦੀ ਜ਼ਿੰਦਗੀ ਤਣਾਅ ਮੁਕਤ ਹੁੰਦੀ ਆ ਹਾਂ ਉਹਨਾਂ ਨੂੰ ਇਹੋ ਜਿਹੇ ਫੁਰਨੇ ਬਹੁਤ ਫੁਰਦੇ ਹੁੰਦੇ ਆ ਵੀ ਭਾਈ ਉਹ ਕਹਿੰਦੇ ਵੀ ਭਾਈ ਮੈਂ ਤਾਂ ਅੱਜ ਇਉਂ ਕੀਤਾ ਮੈਂ ਤਾਂ ਹੁਣ ਆ ਸ਼ੌਕ ਪਾੜ ਲਿਆ ਸਾਡੇ ਵਾਲਿਆਂ ਨੂੰ ਤਾਂ ਫਿਕਰ ਇਸ ਗੱਲ ਦਾ ਪਿਆ ਰਹਿੰਦਾ ਵੀ ਕੱਲ ਨੂੰ ਜੇ ਬਿਮਾਰ ਪੈ ਗਏ ਤਾਂ ਦਵਾਈ ਕਿੱਥੋਂ ਲੈਣੀ ਹੈ ਕਿਸ਼ਤ ਵੀ ਦੇਣ ਵਾਲੀ ਹੈ ਕਿਸ਼ਤ ਦੇਣ ਵਾਲੀ ਪਈ ਆ ਤਨਖਾਹ ਹਲੇ ਤੱਕ ਆਈ ਨਹੀਂ 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 ਹੋਰ ਨਹੀਂ ਕੋਈ ਕਿਸ਼ਤ ਸਾਡੇ ਵਾਲਿਆਂ ਨੂੰ ਇਹੀ ਟੈਨਸ਼ਨ ਪਈ ਰਹਿੰਦੀ ਬੱਤੀ ਪਤਾ ਨਹੀਂ ਕਦੋਂ ਆਣੀ ਹੈ 4 ਘੰਟੇ ਹੋ ਗਏ ਗਏ ਤੇ ਜੇ ਸਾਡੀ ਗਈ ਆ ਤਾਂ ਗਵੰਡੀਆਂ ਦੇ ਕਤੋਂ ਚੱਲਦੀ ਹੈ ਜੀ ਸਹੀ ਗੱਲ ਹੈ ਸਾਡੀਆਂ ਚਿੰਤਾਵਾਂ ਹੋਰ ਤਰ੍ਹਾਂ ਦੀਆਂ ਨੇ ਪਰ ਆ ਜਿਹੜੇ ਬੰਦੇ ਤੁਸੀਂ ਗੱਲ ਕੀਤੀ ਹੈ ਨਾ ਇਹਦਾ ਨਾਮ ਹੈ ਜான் ਸੇਵੀਅਰ ਆਸਟਨ। ਵੀਡੀਓ ਡਾਇਰੈਕਟਰ ਆ ਤੇ ਹਰ ਸ਼ਬਦ ਨੂੰ ਪੁੱਠਾ ਬੋਲਣ। ਹਾਂ ਬਹੁਤ ਤੇਜ਼ੀ ਨਾਲ। ਬੜੀ ਤੇਜ਼ੀ ਨਾਲ ਉਹ ਕਹਿੰਦਾ ਸਿੱਧਾ ਤੇ ਪੁੱਠਾ ਮੈਂ ਦੋਨੋਂ ਪਾਸੇ ਚੱਕ ਦੇਣਾ ਕਰ। ਜੀ। ਤੇ ਇਸ ਬੰਦੇ ਦੀ ਬੜੀ ਚਰਚਾ ਤੇ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਆ ਨਾ ਟੈਲੀਵਿਜ਼ਨ ਦੇ ਗੋਰਿਆਂ ਦੇ ਵੱਡੇ ਵੱਡੇ ਅੰਗਰੇਜ਼ਾਂ ਦੇ ਉਹਦੇ ਵਿੱਚ ਵੀ ਆਇਆ ਇਹ। ਅੱਛਾ। ਹਾਂ ਨਹੀਂ ਹੁਣ ਹੋਰ ਉੱਥੇ ਮਤਲਬ ਫੁੱਲਾਂ ਭਰੀ ਚੰਗੇਰ ਪ੍ਰੋਗਰਾਮ ਜਾਇਆ ਕਰੇ। ਫੇਰ ਉਹੀ ਗੱਲ। ਠੀਕ ਹੈ ਅਗਲੇ ਬੰਦੇ ਦਾ ਹੁਨਰ ਹੈ ਦੇਖੋ ਟਾਣਾ ਸਾਹਿਬ ਕਿੰਨੀ ਅਜੀਬ ਗੱਲ ਹੈ ਨਾ ਵੀ ਆਪਾਂ ਸਾਰੇ ਕਹਿੰਦੇ ਨਾ ਇੱਕੋ ਜੇ ਸਾਈਜ਼ ਦਾ ਦਿਮਾਗ ਰੱਬ ਨੇ ਸਾਰਿਆਂ ਨੂੰ ਦਿੱਤਾ ਹੈ ਨਾ ਕਈ ਬੰਦੇ ਇਹਨੂੰ ਖੂਬ ਵਰਤਦੇ ਨੇ ਖੂਬ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਦੋਵਾਂ ਹੱਥਾਂ ਨਾਲ ਲਿਖ ਲੈਂਦੇ ਨੇ ਕਈ ਲੋਕ ਜਿਹੜੇ ਇੱਕ ਹੱਥ ਨਾਲ ਮਸਾਂ ਲਿਖਦੇ ਨੇ ਹੈਨਾ ਹਰਮਨ ਦਾ ਜੇਕਰ ਉਲਟਾ ਕਰਨਾ ਹੋਵੇ ਕੀ ਬਣਦਾ ਮਨਹਰ ਮਨਹਰ ਨਹੀਂ ਹਾਂ ਮਨਰਹ ਆਹਾ ਨਮਰਹ ਆਹਾ ਨਮਰਹ ਹੈਣਾ ਸਾਹਿਬ ਤੁਸੀਂ ਕਿੱਧਰ ਨੂੰ ਤੁਰ ਪਏ ਮੈਂ ਕੈਰੋਲੀਨਿਆ ਚ ਜਾਉ ਹੁਣ ਮੈਂ ਕਿ ਕਿੱਥੇ ਕੈਰੋਲੀਨਿਆ ਚ ਹਾਂ ਤੁਸੀਂ ਉਹਨੂੰ ਵੀ ਪਤਾ ਨਹੀਂ ਕੁਝ ਹੋਰ ਹੀ ਕਹੀ ਜਾਂਦੇ ਹੋ ਮੇਰੀ ਕਲਾ ਚਲੋ ਕੋਈ ਗੱਲ ਨਹੀਂ ਪਰ ਇਹਨੂੰ ਜਿੰਨਾ ਜ਼ਿਆਦਾ ਵਰਤੋ ਉੰਨਾ ਜ਼ਿਆਦਾ ਕੰਮ ਦਿੰਦਾ ਹੈ ਹੈਨਾ ਇਹ ਵੀ ਇੱਕ ਕਲਾ ਹੈ ਦੇਖੋ ਬੰਦੇ ਨੂੰ ਇੱਕ ਵੱਖਰੀ ਪਛਾਣ ਦਵਾਈ ਹੈ ਇਸ ਕਲਾ ਨੇ ਸੋ ਵਾਕਿ ਤੁਸੀਂ ਇਹ ਸੋਚ ਕੇ ਵੇਖੋ ਤੇ ਦਿਮਾਗ ਦਾ ਜ਼ੋਰ ਕਿੰਨਾ ਲੱਗਦਾ ਹੋ ਉਹ ਮੈਨੂੰ ਤਾਂ ਇਹ ਆਉਂ ਲੱਗਦਾ ਵੀ ਜੇ ਮੈਂ ਸਵਰਨ ਕਵਾਂ ਪੁੱਠਾ ਕਰਾਂ ਇਹ ਨਰਵਸ ਬਣ ਜਾਂਦਾ ਸਵਰਨ ਨਰਵਸ ਹਾਂ ਇਦਾਂ ਹੀ ਆ ਟਾਣਾ ਸਾਹਿਬ ਇਦਾਂ ਹੀ ਆ ਹਨਾ ਕਮਾਲ ਹੋ ਗਈ ਮੈਂ ਖੋਜੀ ਕਿੰਨਾ ਵੱਡਾ ਨਿਕਲਿਆ ਹਾਂ ਵਾਕਈ ਆਈ ਥਿੰਕ ਕਿਸ ਨੇ ਨਹੀਂ ਸੋਚਿਆ ਹਣ ਪਰ ਤੁਸੀਂ ਨਰਵਸ ਨਾ ਰਿਆ ਕਰੋ ਮੈਂ ਰਹਿੰਦਾ ਹੀ ਨਹੀਂ ਹਾਂ ਬਿਲਕੁਲ ਸਹੀ ਰਿਆ ਕਰੋ ਜਿਹਨੇ ਵੀ ਜੋ ਕਹਿਣਾ ਹੂੰ ਜੋ ਮਰਜ਼ੀ ਕਹੇ ਜੀ ਬਸ ਵੈਸੇ ਵੀ ਲੋਕਾਂ ਦਾ ਕੰਮ ਹੁੰਦਾ ਕਹਿਣਾ ਕਹਿਣਾ ਸਾਹਿਬ ਨਹੀਂ ਸਾਰੇ ਤਾਂ ਆਪਣੇ ਭਰਾ ਹੀ ਆ ਭੈਣਾ ਹੀ ਆ ਪਰ ਕੁਝ ਕੁ ਲੋਕ ਕਰਦੇ ਹੋਣਗੇ ते फर्जा ਉਹਨਾਂ ਨੇ ਕੁਝ ਕਰਨਾ ਨਹੀਂ ਨਹੀਂ ਮੈਂ ਤਾਂ ਅੱਗੇ ਕਹਾਂ ਵੀ ਹਰੇਕ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਵਿਹਲੇ ਬਹਿ ਕੇ ਵੀ ਕਿਸੇ ਨੇ ਕੀ ਖਟਿਆ ਕੁਝ ਵੀ ਨਹੀਂ ਸੋ ਆਪਾਂ ਹੁਣ ਚੱਲੀਏ ਚਲੋ ਹਾਂ ਤੇ ਇਸ ਬੰਦੇ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨੇ ਆਪਣਾ ਨਾਂ ਬਣਾਇਆ ਕੁਝ ਵੱਖਰਾ ਕਰ ਦਿਖਾਇਆ ਤੇ ਹੁਣ ਇਹ ਨਾ ਹੋਏ ਵੀ ਸਾਰੇ ਮਤਲਬ ਸਾਡੇ ਮਗਰ ਲੱਗੇ ਦਾ ਪੁੱਠਾ-ਪੁੱਠੇ ਬੁੱਲਣ ਲੱਗ ਜਾਣ ਸਿੱਧਾ-ਸਿੱਧਾ ਬੋਲਣ ਵਾਲੇ ਵੀ ਚਾਹੀਦੇ ਅੱਗੇ ਬਹੁਤ ਨਰਵਸ ਨਿਕਲਿਆ ਵਿੱਚੋਂ ਹਾਂ ਸਾਨੂੰ ਇਦਾਂ ਹੀ ਨਹੀਂ ਸੀ ਪਤਾ ਨਵੀਂ ਖੋਜ ਹੋਈ ਆ ਚਾਹ ਦੇ ਚਾਰ ਦੇ ਵਿੱਚ ਸੋ ਖੈਰ ਇਸ ਖੋਜ ਤੋਂ ਬਾਅਦ ਹੁਣ ਪ੍ਰੋਗਰਾਮ ਲਈ ਇਥੇ ਸਮੇਤਦਿਆਂ ਜਾਂਦਾ ਹੋ ਗਿਆ ਵਿਲਾ ਆਪਣੀ ਪ੍ਰ ਗੇ ਸੱਤਰੀਆ ਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਚ ਦਾ ਵੀ ਚਾ